ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਦੀ ਹੁਣ ਦੁਨੀਆ ਹੈ, ਉਸ ਅਸੀਂ ਦੇਖਦੇ ਹਾਂ, ਜਦੋਂ ਅਸੀਂ ਹੁਣ ਇੱਥੇ ਇਕੱਠੇ ਹੋਏ, ਜਦੋਂ ਅਸੀਂ ਆਪਾਂ ਇੱਥੇ ਇਕੱਠੇ ਹੋਏ ਹਾਂ, ਕਿਸੇ ਵਿਆਹ 'ਤੇ, ਕਿਸੇ ਵੀ ਭੋਗ 'ਤੇ, ਕਿਤੇ ਇਕੱਠ ਹੁੰਦਾ, ਤਾਂ ਜਦੋਂ ਆਪਾਂ ਫਿਕਰ ਕਰਦੇ ਹਾਂ ਸਾਰੇ ਕਾਸੇ ਦਾ, ਉਹ ਦੋ ਤਿੰਨ ਤਰ੍ਹਾਂ ਦਾ ਫਿਕਰ ਹੁੰਦਾ। ਇੱਕ, ਹਰੇਕ ਨੂੰ ਜਿਹਦੀ ਉਮਰ 40 ਸਾਲ ਦੇ ਨੇੜੇ ਹੋ ਗਈ ਜਾਂ ਉਦੋਂ ਵੱਧ ਹੋ ਗਈ ਹੈ, ਉਹਨੂੰ ਆਪਦੀ ਦੇਹ ਦਾ ਫਿਕਰ ਸ਼ੁਰੂ ਹੋ ਜਾਂਦਾ ਵੀ ਸਿਹਤ ਠੀਕ ਹੋਵੇ ਜਾਂ ਕਰ ਲਵਾਂ। ਦੂਜਾ ਹੁੰਦਾ ਹੈ ਆਪਦੇ ਬੱਚਿਆਂ ਦਾ, ਅਤੇ ਤੀਜਾ ਹੁੰਦਾ ਹੈ ਵੀ ਆਸੇ ਪਾਸੇ ਜੋ ਹੋ ਹੀ ਜਾਂਦਾ, ਉਹ ਚਾਹੇ ਖ਼ਬਰਾਂ 'ਚੋਂ ਚਾਹੇ ਆਮ ਲੋਕਾਂ ਤੋਂ ਸੁਣ ਕੇ। ਅਤੇ ਜਿਹੜਾ ਹੋਰ ਕੋਈ ਮਾੜਾ ਮੋਟਾ ਪੜ੍ਹਿਆ ਲਿਖਿਆ ਜਾਂ ਉਹਦੀ ਰੁਚੀ ਹੈ, ਉਹਨੂੰ ਜੋ ਦੁਨੀਆ 'ਚ ਹੋਈ ਜਾਂਦਾ ਉਹਦਾ ਵੀ ਫਿਕਰ ਹੁੰਦਾ। ਅਤੇ ਲਗਭਗ ਚਾਰ ਕੁ ਤਰ੍ਹਾਂ ਦੇ ਫਿਕਰ ਸਾਡੇ ਸਾਰਿਆਂ ਦੇ ਆਲੇ ਦੁਆਲੇ ਨੇ, ਆਪਦੇ ਆਪ ਬਾਰੇ, ਆਪਦੇ ਟੱਬਰ ਬਾਰੇ, ਆਪਦੇ ਗਲੀ ਗੁਆਂਢ ਬਾਰੇ ਅਤੇ ਦੁਨੀਆ ਬਾਰੇ। ਜਿਹੜੀਆਂ ਤੁਹਾਡੇ ਕੋਲ ਇੱਥੇ ਕਿਤਾਬਾਂ ਨੇ, ਉਹ ਸਾਨੂੰ ਬਹੁਤ ਕੁਝ ਦੱਸਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਬਾਰੇ, ਦੁਨੀਆ 'ਚ ਹਰ ਚੀਜ਼ ਬਾਰੇ ਬਹੁਤ ਵੱਡੇ ਵੱਡੇ ਗ੍ਰੰਥ ਮਿਲਦੇ ਨੇ। ਜਿਹੜਾ ਕੋਈ ਲਿਖਣ ਪੜ੍ਹਨ ਦਾ ਕੋਈ ਚਾਹਵਾਨ ਹੈ, ਪਰ ਜਿਹੜੀ ਗੱਲ ਮੈਂ ਕਹਿਣੀ ਹੈ ਉਹ ਅਸਲ 'ਚ ਇਸ ਬਾਬਤ ਹੈ ਕਿ ਜੋ ਕੁਝ ਗ੍ਰੰਥਾਂ 'ਚ ਲਿਖਿਆ ਹੋਇਆ ਅਤੇ ਜੋ ਕੁਝ ਅਸੀਂ ਬੋਲਦੇ ਹਾਂ ਅਤੇ ਜੋ ਅਸੀਂ ਆਪਦੇ ਮਨ 'ਚ ਸੋਚਦੇ ਹਾਂ, ਉਹ ਸਾਰਿਆਂ 'ਚ ਇੱਕ ਚੀਜ਼ ਸਾਂਝੀ ਹੈ, ਉਹ ਨੇ ਸ਼ਬਦ, ਜਿਹਨਾਂ ਨੂੰ ਆਪਾਂ ਲਫਜ਼ ਕਹਿੰਦੇ ਹਾਂ, ਜਿਹੜੇ ਆਪਾਂ ਮੂੰਹੋਂ ਬੋਲਦੇ ਹਾਂ ਚੀਜ਼ਾਂ। ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਕਰਨੀ। ਇਹ ਗੱਲ ਮੈਂ ਕਿਉਂ ਕਰਨੀ ਚਾਹੁੰਦਾ, ਇਹ ਇਸ ਕਰਕੇ ਕਿ ਜਿਹੜੀ ਚੀਜ਼ ਸਾਡੇ ਕੋਲ ਸਭ ਤੋਂ ਵੱਧ ਹੋਵੇ ਅਤੇ ਜਿਹਦੀ ਅਸੀਂ ਸਭ ਤੋਂ ਵੱਧ ਵਰਤੋਂ ਕਰਦੇ ਹੋਈਏ, ਅਤੇ ਸਾਨੂੰ ਉਹਦੇ ਬਾਰੇ ਪੂਰਾ ਅੰਦਾਜ਼ਾ ਨਾ ਹੋਵੇ ਕਿ ਕੀ ਹੈ। ਜਿੱਦਾਂ ਸਾਡੇ ਲੋਕ ਪਿੰਡਾਂ ਦੇ ਜਿਹੜੇ, ਉਹ ਜਿੰਨਾ ਪਾਣੀ ਵਰਤਦੇ ਨੇ, ਸਾਡੇ ਹਰੇਕ ਧੀ ਪੁੱਤ ਨੂੰ ਜੇ ਕੋਈ 10-12 ਦਿਨਾਂ ਵਾਸਤੇ ਰਾਜਸਥਾਨ 'ਚ ਜਾਂ ਅਰਬ ਮੁਲਕਾਂ 'ਚ ਜਾਂ ਅਫਰੀਕਾ 'ਚ ਛੱਡਿਆ ਜਾਵੇ, ਤਾਂ ਉਹਨੂੰ ਸਮਝ ਆ ਜਾਵੇ ਕਿ ਇੱਕ ਤੁਪਕਾ ਪਾਣੀ ਕਿੰਨਾ ਕੀਮਤੀ ਹੁੰਦਾ। ਜਦੋਂ ਕੋਈ ਬੰਦਾ ਧਿਆਹਾ ਮਰਦਾ, ਇੱਕ ਘੁੱਟ ਪਾਣੀ ਦੀ ਜ਼ਿੰਦਗੀ ਲੱਗਦੀ ਉਹਨੂੰ। ਪਰ ਸਾਡੇ ਇੱਥੇ ਪਾਣੀ ਵਾਧੂ ਹੈ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪਾਣੀ ਟੂਟੀ ਚੱਲਦੀ ਛੱਡ ਕੇ ਕਿੰਨਾ ਕਿੰਨਾ ਡੁੱਲ ਜਾਂਦਾ, ਜਾਂ ਮੋਟਰ ਚੱਲਦੀ ਛੱਡ ਕੇ ਪਾਣੀ ਗਲੀ 'ਚ ਆ ਜਾਂਦਾ, ਕਿਉਂਕਿ ਸਾਡੇ ਕੋਲ ਪਾਣੀ ਵਾਧੂ ਹੈ। ਇੱਕ ਦੂਜਾ ਇਸ ਕਰਕੇ ਕਿ ਸਾਨੂੰ ਪਾਣੀ ਦੀ ਕੀਮਤ ਪੂਰੀ ਨਹੀਂ ਪਤਾ ਹੈ, ਜਿਵੇਂ ਦੀ ਕੀਮਤ ਇੱਕ ਮਾਰੂ ਇਲਾਕੇ 'ਚ ਰਹਿਣ ਵਾਲੇ ਬੰਦੇ ਨੂੰ ਪਤਾ। ਮੈਨੂੰ ਇੱਕ ਬੰਦਾ ਮਿਲਿਆ, ਉਹਨੂੰ ਰਾਜਸਥਾਨ ਦੀ ਇੱਕ ਜੇਲ੍ਹ 'ਚ ਕੁਛ ਸਮਾਂ ਰਹਿਣਾ ਪਿਆ। ਉਹ ਕਹਿੰਦਾ ਵੀ ਕੈਦੀ ਹੋਣ ਦੇ ਨਾਤੇ ਉਹਨੂੰ ਇੱਕ 7 ਲੀਟਰ ਪਾਣੀ ਦੀ ਬਾਲਟੀ ਮਿਲਦੀ ਸੀ 4 ਦਿਨਾਂ ਵਾਸਤੇ, ਚਾਹੇ ਪੀ ਲੈ, ਚਾਹੇ ਨਹਾ ਲੈ, ਚਾਹੇ ਕੱਪੜੇ ਧੋ ਲੈ, 7 ਲੀਟਰ ਪਾਣੀ 4 ਦਿਨ। ਤਾਂ ਜਿਹੜੀ ਗੱਲ ਮੈਂ ਕਹਿਣੀ ਹੈ ਉਹ ਸ਼ਬਦਾਂ ਬਾਰੇ 'ਚ, ਕਿ ਸਾਡੇ ਕੋਲ ਜਿੱਦਾਂ ਪਾਣੀ ਵਾਧੂ ਇੱਥੇ, ਅਸੀਂ ਉਹਦੀ ਪਰਵਾਹ ਨਹੀਂ ਕਰਦੇ, ਸਾਡੇ ਕੋਲ ਸ਼ਬਦ ਉਦੋਂ ਵੀ ਵਾਧੂ। ਇਹ ਜੋ ਛੋਟਾ ਬੱਚਾ ਬੈਠਾ, ਇਹਦੇ ਪੱਲੇ 'ਚ ਜੋ ਪੈ ਰਿਹਾ, ਇਸ ਵੇਲੇ ਜੋ ਪੈ ਰਿਹਾ, ਸਭ ਤੋਂ ਕੀਮਤੀ ਸ਼ਬਦ ਨੇ। ਇਹਦੇ ਮਾਂ ਬਾਪ ਇਹਨੂੰ ਸੋਨੇ ਦਾ ਮਹਿਲ ਬਣਾ ਕੇ ਦੇ ਜਾਣ, ਉਹ ਖੋਇਆ ਜਾ ਸਕਦਾ, ਉਹਨੂੰ ਇਹ ਵੇਚ ਵੀ ਸਕਦਾ, ਕੱਲ੍ਹ ਨੂੰ ਉਸ ਸੋਨੇ ਦੀ ਕੀਮਤ ਵੀ ਘੱਟ ਸਕਦੀ। ਪਰ ਜਿਹੜੇ ਸ਼ਬਦ ਇਹਦੇ ਅੰਦਰ ਇੱਕ ਵਾਰ ਉਤਰ ਗਏ, ਉਹ ਸਦਾ ਇਹਦੇ ਨੇ, ਇਹਦੇ ਤੋਂ ਕੋਈ ਨਹੀਂ ਖੋ ਸਕਦਾ। ਡਾਕਟਰ ਇਹ ਗੱਲ ਜਾਣਦੇ ਨੇ ਕਿ ਜੇ ਬੰਦੇ ਨੂੰ ਸੱਟ ਵੱਜ ਜਾਏ ਜ਼ੋਰ ਦੀ ਸੱਚ, ਉਹ ਆਪਦਾ ਨਾਂ ਤੱਕ ਭੁੱਲ ਜਾਂਦਾ, ਆਪਦੇ ਭੈਣਾਂ ਭਰਾਵਾਂ ਨੂੰ ਪਛਾਣਨੋਂ ਭੁੱਲ ਜਾਂਦਾ,
ਕਿ ਮੈਂ ਕੌਣ ਆ, ਕਿੱਥੇ ਜੰਮਿਆ, ਪਰ ਜਿਹੜੀ ਉਹ ਬੋਲੀ ਸਿੱਖੀ ਹੁੰਦੇ ਬੰਦਿਆਂ ਨੇ ਉਹਨੂੰ ਯਾਦ ਰਹਿੰਦੀ, ਉਹ ਸਾਰਾ ਕੁਝ ਉਹਨੂੰ ਯਾਦ ਰਹਿੰਦਾ। ਇੱਕ ਤਾਂ ਪਹਿਲੀ ਬੇਨਤੀ ਇਹ ਹੈ ਕਿ ਅਸੀਂ, ਸਾਡਾ ਕੋਈ ਜਾਤ ਧਰਮ ਹੈ, ਕੋਈ ਸਾਡੀ ਪੜ੍ਹਾਈ ਹੈ, ਕਿਹੜਾ ਸਾਡਾ ਕਾਰੋਬਾਰ ਹੈ, ਸਾਰੀਆਂ ਚੀਜ਼ਾਂ ਦਾ ਫਰਕ ਜਿਹੜਾ ਦਿਸਦਾ ਹੈ ਉਹ ਹੋਰ ਚੀਜ਼ ਹੈ, ਜਿਹੜਾ ਫਰਕ ਅਣਦਿਸਦਾ ਹੈ ਉਹਦੀ ਮੈਂ ਗੱਲ ਕਰਦਾ, ਉਹਦੀ ਆਪਾਂ ਗੱਲ ਕਰਦੇ ਹਾਂ, ਉਹ ਸ਼ਬਦਾਂ ਦੀ। ਇਹ ਫਰਕ ਸਾਡੇ ਉੱਤੇ ਅਸਰ ਕਿਵੇਂ ਪਾਉਂਦਾ, ਸਾਡੇ 'ਤੇ ਅਸਰ ਕਿੱਦਾਂ ਪਾਉਂਦਾ, ਤੁਸੀਂ ਧਿਆਨ ਦੇ ਕੇ ਦੇਖੋ। ਪਿੰਡ 'ਚ ਲਗਭਗ ਹਰ ਦੂਜੇ ਤੀਜੇ ਬੰਦੇ ਦਾ ਅਸੀਂ ਕੁਨਾਂ ਧਰਿਆ ਹੁੰਦਾ, ਉਹਦੀ ਛੇੜ ਪਾਈ ਹੁੰਦੀ। ਠੀਕ, ਇੱਕ ਬੰਦੇ ਨੂੰ ਉਹਦਾ ਅਸੀਂ ਨਾਂ ਪੁੱਠਾ ਨਾਂ ਲੈ ਕੇ ਛੇੜੋ, ਉਹ ਫੁੱਟਣ 'ਤੇ ਆ ਜਾਂਦਾ। ਕਈ ਵਾਰੀ ਲੜਾਈ ਵੀ ਹੋ ਜਾਂਦੀ ਹੈ, ਬੰਦੇ ਕੋਈ ਚੱਕ ਕੇ ਮਾਰਦੇ ਵੀ। ਇਹਦਾ ਮਤਲਬ ਇਹ ਹੈ ਕਿ ਸ਼ਬਦ ਦੇ ਵਿੱਚ ਅਸਰ ਕਹਿੰਦਾ। ਸਾਡੇ ਪੁਰਾਣੇ ਕਮਿਸ਼ਨ ਕਹਿੰਦੇ ਹੁੰਦੇ ਵੀ ਉਹ ਤਾਨਾ ਗਾਲ ਧੀ ਦੀ, ਹੈ ਨਾ, ਫੱਟ ਮਿਲਣ ਨਾ ਕਿਆਮਤਾਂ ਤੀਕ ਚਾਰਿਆ। ਗਾਲ ਕੀ ਸ਼ਬਦ ਨੇ, ਕੁਛ ਬੰਦੇ ਨੇ ਦੋ ਸ਼ਬਦ ਬੋਲੇ ਤਾਂ ਬੰਦੇ ਦਾ ਦੂਜੇ ਬੰਦੇ ਰਿਸ਼ਤਾ ਸਦਾ ਲਈ ਟੁੱਟ ਜਾਂਦਾ। ਕਈ ਵਾਰੀ ਲੜਾਈ ਹੋ ਜਾਂਦੀ ਹੈ, ਮਰਨ ਮਾਰ 'ਤੇ ਗੱਲ ਪਹੁੰਚ ਜਾਂਦੀ। ਦੁਨੀਆਂ 'ਚ ਚਾਹੇ ਬੰਦੇ ਲੜਨ, ਚਾਹੇ ਪਿੰਡ ਲੜਨ, ਚਾਹੇ ਕੌਮਾਂ ਲੜਨ, ਚਾਹੇ ਮੁਲਖ ਲੜਨ, ਲੜਾਈ ਦੇ ਵਿੱਚ ਜਿਹੜੇ ਬੋਲ ਨੇ ਉਹਨਾਂ ਦਾ ਮੁੱਲ ਸਭ ਤੋਂ ਜ਼ਰੂਰੀ ਹੁੰਦਾ। ਲੜਾਈ ਅਖੀਰ ਸ਼ਬਦਾਂ ਕਰਕੇ ਹੁੰਦੀ, ਅਤੇ ਜਦੋਂ ਗੋਲੀਆਂ ਚੱਲ ਕੇ, ਚਾਹੇ ਮੁਕੱਦਮਾ ਹੋਵੇ, ਚਾਹੇ ਸਮਝੌਤਾ ਹੋਵੇ, ਗੱਲ ਫਿਰ ਲਫ਼ਜ਼ਾਂ ਨਿਬੜਦੀ ਹੈ। ਫੈਸਲਾ ਅਦਾਲਤ ਵਿੱਚ ਜਾਂਦਾ, ਜੱਜ ਕੀ ਕਹਿੰਦਾ ਅਖੀਰ ਨੂੰ, ਵੀ ਤੈਨੂੰ ਸਜ਼ਾ, ਤੈਨੂੰ ਛੱਡਿਆ। ਅਸੀਂ ਘਰ ਆ ਜਾਂਦੇ ਹਾਂ, ਅਸੀਂ ਜੇਲ੍ਹ ਵਗ ਜਾਂਦੇ ਹਾਂ, ਕਾਹਦੇ ਨਾਲ ਤੈਅ ਹੋ ਜਾਂਦਾ, ਚਾਰ ਅੱਖਰਾਂ ਦਾ। ਅਸੀਂ ਇੱਥੇ ਪੜ੍ਹਨ ਆਉਂਦੇ ਹਾਂ ਜਦੋਂ ਵੀ ਫਲਾਣੇ ਦਾ ਜਵਾਕ ਪਹਿਲੀ ਥਾਂ 'ਤੇ ਆ ਗਿਆ ਜਾਂ ਫਲਾਣੇ ਦਾ ਜਵਾਕ ਰਹਿ ਗਿਆ, ਕਿੱਥੋਂ ਲੱਗਦਾ ਪਤਾ, ਦੋ ਅੱਖਰ ਲਿਖੇ ਹੁੰਦੇ। ਸਾਡੀ ਸਾਰਿਆਂ ਦੀ ਸਾਰੀ ਜ਼ਿੰਦਗੀ ਸ਼ਬਦਾਂ 'ਚ ਐਂ ਪਰੂਨੀ ਪਈ ਹੈ ਵੀ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ, ਪਰ ਉਹਨੂੰ ਨਹੀਂ ਪਤਾ ਹੁੰਦਾ ਕਿ ਪਾਣੀ ਕੀ ਹੈ। ਉਹਨੂੰ ਜਦੋਂ ਪਾਣੀ ਤੋਂ ਬਾਹਰ ਕੱਢੋ, ਤੜਫਦੀ ਹੈ, ਫਿਰ ਪਤਾ ਲੱਗਦਾ ਕਿ ਪਾਣੀ ਕੀ ਹੈ। ਜਿਵੇਂ ਅਸੀਂ ਹਵਾ ਦੇ ਵਿੱਚ ਸਾਹ ਲੈਂਦੇ ਹਾਂ, ਜੇ ਮੱਛੀ ਪਾਣੀ ਦੇ ਵਿੱਚ ਸਾਹ ਲੈਂਦੀ ਹੈ ਸਾਨੂੰ ਮਹਿਸੂਸ ਹੁੰਦਾ, ਉਵੇਂ ਸਾਡੀਆਂ ਸਾਰੀਆਂ ਸੋਚਾਂ, ਸਾਨੂੰ ਗੁੱਸਾ ਆਉਂਦਾ, ਸਾਨੂੰ ਪਿਆਰ ਆਉਂਦਾ, ਸਾਨੂੰ ਡਰ ਲੱਗਦਾ, ਜੋ ਵੀ ਹੈ ਉਹ ਸਾਰਾ ਸ਼ਬਦਾਂ ਨਾਲ ਵਾਪਰਦਾ ਸਾਡੇ ਅੰਦਰ। ਵੀ ਜਦੋਂ ਅਸੀਂ ਡਰਦੇ ਹਾਂ ਵੀ ਹਾਏ ਮਰ ਗਏ ਸੀ, ਠੀਕ, ਮੂੰਹੋਂ ਕੋਈ ਗੱਲ ਨਿਕਲਦੀ, ਖੁਸ਼ੀ ਹੋਵੇ ਤਾਂ ਵੀ ਗੱਲ ਨਿਕਲਦੀ, ਜਦੋਂ ਦੁੱਖ ਹੁੰਦਾ ਵੀ ਹਾਏ ਉਹ ਡਰ ਡਿਆ ਰੱਬਾ। ਠੀਕ, ਤਾਂ ਸਾਡਾ ਸਾਰਾ ਜਿਹੜਾ ਜਿਉਣ ਹੈ ਉਹ ਸ਼ਬਦਾਂ ਦੇ ਵਿੱਚ ਘਿਰਿਆ ਹੋਇਆ। ਹੁਣ ਇਹਦੇ 'ਚ ਜਿਹੜੀ ਗੱਲ ਸਾਨੂੰ ਪਤਾ ਹੈ ਪਰ ਸਾਨੂੰ ਅਸਰ ਘੱਟ ਕਰਦੀ ਹੈ ਸਮਝਣ ਦੇ ਪੱਖ ਤੋਂ, ਉਹ ਵੱਧ ਕਰਦੀ ਹੈ, ਉਹਦੇ ਚਾਰ ਤਰੀਕੇ ਸਾਡੇ ਸਾਹਮਣੇ ਨੇ। ਪਹਿਲਾ ਇਹ ਕਿ ਜੇ ਅਸੀਂ ਡਾਕਟਰ ਕੋਲ ਜਾਂਦੇ ਹਾਂ, ਮੈਂ ਡਾਕਟਰ ਦੀ ਗੱਲ ਤਾਂ ਕਰਦਾ ਕਿ ਅੱਜ ਕੱਲ੍ਹ ਬਿਮਾਰੀ ਘਰ ਘਰ ਹੈ, ਜੇ ਕਿਸੇ ਦੇ ਇੱਕ ਦੇ ਘਰ ਨਹੀਂ ਹੈ ਤਾਂ ਗਲੀ ਗਵਾਂਢ 'ਚ ਪੱਕੀ ਹੁੰਦੀ ਹੈ। ਜੇ ਵੱਡੀ ਬਿਮਾਰੀ ਨਹੀਂ ਤਾਂ ਸਿਰ ਦੁਖਣਾ, ਹੈ ਨਾ, ਲੱਤ ਬਾਂਹ ਦੁਖਣੀ, ਨਿੱਕੇ ਮੋਟੇ ਜਵਾਕਾਂ ਨੂੰ ਖੁਰਕ ਪੈ ਗਈ, ਹੋਰ ਹੋ ਗਿਆ, ਚੂਲ ਵਿੰਗੀ ਰਹਿੰਦੀ ਰਹਿੰਦੀ ਹੈ। ਹੁਣ ਜਿਹੜੀ ਕੋਈ ਬਿਮਾਰੀ ਹੈ ਉਹਦੇ ਬਾਰੇ ਜਿਹੜੇ ਬੰਦੇ ਹੁਣ ਖੋਜ ਕਰਦੇ ਨੇ, ਉਹਦੀ ਤੁਹਾਨੂੰ ਗੱਲ ਸੁਣਾਉਂਦਾ ਕਿ ਇੱਕ ਇਹਦਾ ਪੱਖ ਇਹ ਹੈ ਕਿ ਜਦੋਂ ਅਸੀਂ ਇੱਥੇ ਬੈਠੇ ਹਾਂ, ਸਾਡੀ ਦੇਹ ਇੱਥੇ ਹੈ, ਪਰ ਸਾਡਾ ਮਨ ਕਿੰਨਾ ਚਿਰ ਰਹੂ ਇੱਥੇ, ਵਾਰੀ ਵਾਰੀ ਭੱਜ ਕੇ ਜਾਊਗਾ ਨਾ, ਉਹ ਭੱਜ ਕੇ ਕਾਹਦੇ ਨਾਲ ਜਾਂਦਾ, ਜੋ ਮਨ 'ਚ ਗੱਲ ਵਸੀ ਹੋਈ ਕੋਈ ਉੱਥੇ ਹੀ ਜਾਂਦਾ ਨਾ। ਸਾਡਾ ਘਰ, ਸਾਡਾ ਖੇਤ, ਨੌਕਰੀ, ਜਿੱਥੇ ਕੋਈ ਪਹਿਲਾਂ ਗਏ ਸੀ ਜਾਂ ਜਿੱਥੇ ਪਹਿਲਾਂ ਜਾਣਾ, ਉਹਨਾਂ ਥਾਵਾਂ 'ਤੇ ਸੁਰਤ ਗੇੜਾ ਖਾਂਦੀ।
ਤਾਂ ਜਿਹੜਾ ਇਹ ਫਰਕ ਪੈਂਦਾ ਹੈ ਕਿ ਦੇਹ ਕਿਤੇ ਬੈਠੀ ਹੈ, ਮਨ ਕਿਤੇ ਭੱਜਦਾ, ਇਹਦੇ ਨਾਲ ਕੀ ਹੁੰਦਾ? ਜਿੱਦਾਂ ਪਹਿਲਾਂ ਆਪਣੇ ਪਿੰਡਾਂ 'ਚ ਲਾਠੂ ਹੁੰਦੇ ਦੂਜੇ, ਵੀ ਜਗਾਓ ਬੰਦ ਕਰ ਦਿਓ, ਜਗਾਓ ਬੰਦ ਕਰ ਦਿਓ, ਉਹ ਵਖੀਰ ਨੂੰ ਉਹਦੀ ਵਿੱਚ ਤਾਰ ਜੀ ਹੁੰਦੀ ਟੁੱਟ ਜਾਂਦੀ ਹੁੰਦੀ ਸੀ। ਇਵੇਂ ਸਾਡੇ ਮਨ ਦਾ ਜਦੋਂ ਵਾਰ ਵਾਰ ਹਾਜ਼ਰ ਗੈਰ ਹਾਜ਼ਰ, ਹਾਜ਼ਰ ਗੈਰ ਹਾਜ਼ਰ ਹੁੰਦਾ ਹੈ, ਤਾਂ ਇੱਥੋਂ ਬਿਮਾਰੀ ਦਾ ਮੁੱਢ ਵੱਜਦਾ ਹੈ। ਜਿਹੜੇ ਹੁਣ ਬੰਦੇ ਖੋਜਾਂ ਕਰਦੇ ਦੱਸਦੇ ਆ ਵੀ ਬੰਦੇ ਨੂੰ ਜ਼ੁਕਾਮ ਤੋਂ ਲੈ ਕੇ ਕੈਂਸਰ ਤੱਕਰ ਬਿਮਾਰੀਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਹੈ ਉਹ ਸ਼ਬਦਾਂ ਦਾ ਹੈ ਕਿ ਬੰਦਾ ਕਿਹੜੇ ਮਾਹੌਲ 'ਚ ਰਹਿੰਦਾ। ਖੁਰਾਕ ਦਾ ਵੀ ਹੁੰਦਾ, ਬਾਕੀ ਸਾਰੀਆਂ ਗੱਲਾਂ ਦਾ ਅਸਰ ਹੁੰਦਾ, ਪਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਸ਼ਬਦਾਂ ਤੋਂ ਕਰ ਰਹੇ ਹਾਂ। ਬਿਮਾਰੀ ਲੱਗਣ ਦੇ ਵਿੱਚ ਅਸਰ ਹੈ। ਇਦੋਂ ਵੀ ਅੱਗੇ ਜਦੋਂ ਆਪਾਂ ਦਵਾਈ ਲੈਣ ਜਾਂਦੇ ਹਾਂ, ਡਾਕਟਰ ਸਾਨੂੰ ਕੀ ਬੋਲਦਾ ਮੂੰਹੋਂ, ਉਹਦਾ ਅਸਰ ਦਵਾਈ ਤੋਂ ਵੱਧ ਪੈਂਦਾ। ਮੈਂ ਸਭ ਨੂੰ ਕਹਿੰਦਾ ਵੀ ਇੱਕੋ ਬੰਦਾ ਗਿਆ, ਉਹਨੂੰ ਡਾਕਟਰ ਕਹੇ ਵੀ ਆਹ ਲੈ ਗੋਲੀਆਂ ਲੈ ਜਾ, ਪਰ ਹੁਣ ਤੂੰ ਬਚਦਾ ਬੁਝਦਾ ਨਹੀਂ ਹੈ। ਲੈ ਗੋਲੀਆਂ ਲੈ ਲੂ, ਉਹ ਬੰਦਾ ਗੋਲੀਆਂ ਅਸਰ ਨਹੀਂ ਕਰਦੀਆਂ, ਕਿਉਂਕਿ ਉਦੋਂ ਪਹਿਲਾਂ ਸ਼ਬਦਾਂ ਨੇ ਅਸਰ ਕਰਤਾ ਉਹਦੇ 'ਤੇ। ਉਹੀ ਬੰਦਾ, ਉਹੀ ਬਿਮਾਰੀ ਹੈ, ਉਹੀ ਡਾਕਟਰ ਹੈ, ਉਹਨੂੰ ਕਹਿ ਦੇ ਵੀ ਆਹ ਲੈ ਗੋਲੀਆਂ, ਤੂੰ ਦੋ ਖੁਰਾਕਾਂ ਟੱਲੀ ਵਰਗਾ ਹੋ ਜਾਏਗਾ, ਤਾਂ ਉਹਨੂੰ ਉਹ ਚੀਜ਼ ਅਸਰ ਪਾਊਗੀ। ਇਹ ਡਾਕਟਰ ਖੁਦ ਮੰਨਦੇ ਨੇ ਕਿ ਦਵਾਈ ਦਿੱਤੀ ਨਾਲੋਂ, ਦਵਾਈ ਦੇ ਨਾਲ ਜਿਹੜਾ ਸ਼ਬਦ ਬੋਲਿਆ ਜਾਂਦਾ ਬੰਦੇ ਨੂੰ, ਉਹ ਵੱਧ ਅਸਰ ਪਾਉਂਦਾ ਉਹਦੇ 'ਤੇ। ਆਪਾਂ ਛੋਟੇ ਹੁੰਦੇ ਬੱਚਿਆਂ ਨੂੰ ਹੱਲਾ ਸ਼ੇਰੀ ਦੇਖ ਕੰਮ ਨਹੀਂ ਕਰਾਉਂਦੇ, ਵੀ ਉਹ ਕੀੜੀ ਦਾ ਆਟਾ ਡੁੱਲ ਗਿਆ, ਵੇਖਦੇ ਆ ਨਾ ਆਪਾਂ। ਉਹ ਇੱਕ ਨਿੱਕੇ ਬੱਚੇ 'ਤੇ ਜਿਵੇਂ ਅਸਰ ਪੈਂਦਾ, ਉਵੇਂ ਵੱਡਿਆਂ ਬੰਦਿਆਂ 'ਤੇ ਪੈਂਦਾ। ਜਦੋਂ ਚੋਣਾਂ ਹੁੰਦੀਆਂ ਸਾਡੇ, ਜਿਹੜੇ ਬੰਦੇ ਸਾਡੇ ਆ ਕੇ ਮੰਗਦੇ ਨੇ ਵੋਟਾਂ, ਕੀ ਕਰਦੇ ਨੇ ਉਹ? ਆ ਕੇ ਕੋਈ ਸ਼ਬਦ ਕਹਿੰਦੇ ਨੇ ਕਿ ਨਹੀਂ ਕਹਿੰਦੇ? ਬਦਲਾਅ ਲਿਆਓ। ਕੀ ਲਿਆਓ? ਬਦਲਾਅ ਲੈ ਕੇ ਆਓ, ਅਸੀਂ ਲੈ ਕੇ ਆਉਂਦੇ। ਕਾਹਦੇ ਨਾਲ? ਇੱਕ ਉਹਨਾਂ ਦੇ ਸ਼ਬਦਾਂ ਨਾਲ ਬਚ ਕੇ। ਇਹ ਜਿਹੜਾ ਸਾਡੇ 'ਤੇ ਅਸਰ ਪੈਂਦਾ ਹੈ ਕਿਸੇ ਬੰਦੇ ਦੀਆਂ ਗੱਲਾਂ ਦਾ, ਇਹ ਦੱਸਦਾ ਹੈ ਕਿ ਸਾਡੇ ਅੰਦਰ ਕੀ ਜੋ ਵਸਿਆ ਪਿਆ, ਜਿਹਦਾ ਸਾਨੂੰ ਆਪ ਨੂੰ ਪਤਾ ਨਹੀਂ ਹੁੰਦਾ, ਉਹਨੂੰ ਦੂਜਾ ਬੰਦਾ ਕਿਵੇਂ ਵਰਤ ਲੈਂਦਾ। ਇੱਕ ਤਾਂ ਇਹ ਪੱਖ ਵੀ ਹੈ ਕਿ ਜਿਹੜੇ ਵਪਾਰੀ ਨੇ ਜਾਂ ਰਾਜਨੇਤਾ ਨੇ ਉਹ ਕਿਵੇਂ ਵਰਤਦੇ ਨੇ, ਉਹਦੀ ਹਜੇ ਆਪਾਂ ਗੱਲ ਨਹੀਂ ਕਰਦੇ। ਆਪਾਂ ਸਿਰਫ ਇੱਥੇ ਜੋ ਸਾਨੂੰ ਆ ਕੇ ਮਿਲਦਾ, ਉਹਦੇ ਸ਼ਬਦਾਂ ਦਾ ਅਸਰ ਸਾਡੇ 'ਤੇ ਕਿਵੇਂ ਪੈਂਦਾ। ਇਦੋਂ ਅਗਲਾ, ਸਾਡੇ ਜਿੰਨੇ ਵੀ ਰਿਸ਼ਤੇ ਨੇ, ਖੂਨ ਦੇ ਰਿਸ਼ਤੇ ਨੇ, ਨਾਤੇ ਨੇ ਦੂਜੇ, ਉਹਨਾਂ ਨਾਲ ਸਾਡਾ ਜਿਹੜਾ ਮੋਹ ਪਿਆਰ ਹੈ ਉਹਦਾ ਯਾਦ ਕਰਕੇ ਦੇਖੋ। ਕੋਈ ਸਾਡੇ ਘਰ ਆਇਆ, ਬੀਬੀਆਂ ਭੈਣਾਂ ਨੂੰ ਪਤਾ ਕਿ ਜੇ ਕੋਈ ਸਾਡੀ ਦਾਲ ਰੋਟੀ ਨੁਕਸ ਕੱਢ ਦੇਵੇ ਤਾਂ ਸਾਨੂੰ ਉਹ ਯਾਦ ਰਹਿੰਦਾ। ਜੇ ਕੋਈ ਬੰਦਾ ਸਾਨੂੰ ਚਾਰ ਮਿੱਠੇ ਸ਼ਬਦ ਬੋਲ ਦੇਵੇ ਵੀ ਤੁਸੀਂ ਬਹੁਤ ਵਧੀਆ ਸੇਵਾ ਕੀਤੀ, ਬੜਾ ਸੋਹਣਾ ਅੰਨ ਪਾਣੀ ਬਣਾਇਆ, ਉਹ ਵੀ ਯਾਦ ਰਹਿੰਦਾ। ਤਾਂ ਸਾਡਾ ਰਿਸ਼ਤਾ ਬੰਦੇ ਨਾਲ ਚਾਹੇ ਖੂਨ ਦਾ ਹੋਵੇ, ਪਰ ਜਦੋਂ ਅਸੀਂ ਦੇਖਦੇ ਹਾਂ ਉਹ ਸਾਡੇ ਉਹਦੇ ਨਾਲ ਬਣਦੀ ਕਿ ਨਹੀਂ ਬਣਦੀ, ਉਹਦੇ 'ਚ ਖੂਨ ਦਾ ਅਸਰ ਨਹੀਂ ਪੈਂਦਾ, ਸ਼ਬਦਾਂ ਦਾ ਅਸਰ ਪੈਂਦਾ। ਹਰੇਕ ਪਿੰਡ ਮੁਹੱਲੇ 'ਚ ਸਾਡੇ ਬੰਦਿਆਂ ਨੇ, ਭਰਾਵਾਂ ਭਰਾਵਾਂ ਨੇ ਲੜਾਈ ਵੀ ਕੀਤੀ ਹੁੰਦੀ ਹੈ, ਕਈ ਥਾਵਾਂ 'ਤੇ ਮਾਰ ਮਰਈਆ ਵੀ ਹੋ ਜਾਂਦਾ। ਠੀਕ, ਉੱਥੇ ਵੀ ਜੇ ਤੁਸੀਂ ਧਿਆਨ ਦੇ ਕੇ ਦੇਖੋਗੇ, ਜਿਹੜੀ ਤਲਖੀ ਹੈ ਉਹ ਸ਼ਬਦਾਂ ਨਾਲ ਜ਼ਿਆਦਾ ਹੈ। ਇਹ ਮੈਂ ਸਾਰੀ ਗੱਲ ਜਿਹੜੀ ਦੁਹਰਾ ਰਿਹਾ ਤਾਂ ਦੁਹਰਾ ਰਿਹਾ ਕਿ ਹੁਣ ਜਿਹੜੀ ਹੁਣ ਦੀ ਜ਼ਿੰਦਗੀ ਹੈ, ਪਿਛਲੇ 20 ਸਾਲਾਂ ਤੋਂ ਜਿਹਦੇ 'ਚ ਇੱਕ ਨਵਾਂ ਸੰਦ ਹਾਜ਼ਰ ਹੋ ਗਿਆ, ਉਹਦੇ ਨਾਲ ਕੀ ਹੋਇਆ, ਬੰਦਾ ਬੰਦੇ ਨਾਲ ਗੱਲਾਂ ਕਰਨ ਤੋਂ ਘਟੀ ਜਾਂਦਾ। ਜਿੰਨੀਆਂ ਗੱਲਾਂ ਲੋਕ ਆਪੋ 'ਚ ਇੱਕ ਦੂਜੇ ਨਾਲ 20 ਸਾਲ ਪਹਿਲਾਂ ਕਰਦੇ ਸੀ, ਹੁਣ ਨਹੀਂ ਕਰਦੇ। ਮੈਂ ਬੱਸ ਦੇ ਵਿੱਚ ਸਫ਼ਰ ਕਰਦਾ, ਅੱਗੇ ਕਦੇ ਨਹੀਂ ਸੀ ਹੁੰਦਾ ਵੀ ਬਠਿੰਡਿਓਂ ਚੜ੍ਹੋ ਅਤੇ ਤੁਸੀਂ ਮਾਨਸਾ ਤੱਕ ਜਾਓ, ਤੁਹਾਡੇ ਨਾਲ ਬੈਠਾ ਬੰਦਾ ਤੁਹਾਨੂੰ ਬੁਲਾਵੇ ਨਾ, ਇੱਦਾਂ ਨਹੀਂ ਸੀ ਹੋ ਸਕਦਾ। ਤੁਸੀਂ ਨਹੀਂ ਬੁਲਾਓਗੇ, ਅਗਲਾ ਬੁਲਾ ਲੈਂਦਾ ਸੀ। ਹੁਣ ਦੇਖੋ ਤਾਂ ਹਰੇਕ ਦੇ ਕੰਨਾਂ 'ਚ ਟੂਟੀਆਂ ਲੱਗੀਆਂ ਹੁੰਦੀਆਂ ਨੇ, ਕਈ ਤਾਂ ਜਿਹੜੇ ਜਮ੍ਹਾਂ ਬੁੱਢੇ ਬੁੱਢੀਆਂ ਹੁੰਦੇ ਆ ਉਹ ਵੀ ਦੇਖੀ ਜਾਂਦੇ ਠੁੰਗਾਂ ਮਾਰ ਮਾਰ ਕੇ। ਤਾਂ ਉਹ ਜਿਹੜਾ ਇਹ ਫਰਕ ਪੈ ਗਿਆ, ਇਹ ਮਹਿਸੂਸ ਨਹੀਂ ਹੁੰਦਾ ਸਾਨੂੰ,
ਪਰ ਇਹ ਫਰਕ ਐਡਾ ਵੱਡਾ ਹੈ ਜਿਹਦੇ ਕਰਕੇ ਮੈਂ ਮੈਨੂੰ ਲੱਗਦਾ ਕਿ ਜੋ ਮੈਨੂੰ ਮਹਿਸੂਸ ਹੁੰਦਾ ਮੈਂ ਆਪਣੇ ਲੋਕਾਂ ਕੋਲ ਜਾਵਾਂ ਵੀ ਆਉਣ ਵਾਲੇ ਸਮੇਂ 'ਚ ਇਹਦੇ ਨਾਲ ਕੀ ਹੋ ਜਾਣਾ। ਹਜੇ ਤਾਂ ਜਿਹੜੇ ਬੰਦੇ 40-35 ਸਾਲ ਦੀ ਉਮਰ ਦੇ ਨੇ ਉਹ ਇਹਦੇ ਤੋਂ ਬਿਨਾਂ ਜੰਮੇ ਹੋਏ ਨੇ, ਉਹਨਾਂ ਨੂੰ ਰਿਸ਼ਤਿਆਂ ਦਾ ਮੋਹ ਹੈ, ਰਿਸ਼ਤਿਆਂ ਦੀ ਸਾਰ ਹੈ। ਪਰ ਹੁਣ ਜਿਹੜੇ ਬੱਚੇ ਅੱਗੇ ਆ ਰਹੇ ਨੇ ਜਿਹਨੂੰ ਜਿਹਦੇ ਕੋਲ ਜੰਮਣ ਸਾਰ ਹੈ, ਮੈਂ ਬੱਸਾਂ 'ਚ ਬਹਿੰਦਾ ਕਿ ਡੇਢ ਡੇਢ ਦੋ ਦੋ ਸਾਲ ਦੇ ਬੱਚਿਆਂ ਨੂੰ ਉਹਨਾਂ ਦੇ ਮਾਵਾਂ ਨੇ ਉਹ ਦੇਖ ਕੇ ਚੁੱਪ ਕਰਾਇਆ ਹੁੰਦਾ। ਉਹ ਵਿਚਾਰੀਆਂ ਨਹੀਂ ਜਾਣਦੀਆਂ ਕਿ ਬੱਚੇ ਨੂੰ ਉਹਨਾਂ ਨੇ ਚੁੱਪ ਕਰਾਇਆ ਕਿ ਬੱਚੇ ਦੀ ਜ਼ਿੰਦਗੀ ਜ਼ਹਿਰ ਘੋਲਿਆ ਜਾ ਰਿਹਾ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਸਾਡੇ ਬਹੁਤ ਵੱਡੇ ਹਿੱਸੇ ਨੂੰ ਇਹ ਗੱਲ ਦਾ ਪਤਾ ਨਹੀਂ ਹੈ ਇਹਦੇ ਨਾਲ ਵਾਪਰਦਾ ਕੀ ਹੈ। ਇੱਕ ਉਹਦੀ ਮੈਂ ਉਦਾਹਰਨ ਦਿੰਦਾ, ਹੁਣ ਜਿੱਦਾਂ ਆਪਾਂ ਬੈਠੇ ਹਾਂ ਤਾਂ ਹੁਣ ਵੇਖ ਰਹੇ ਹੋ ਤੁਸੀਂ ਮੈਨੂੰ, ਮੈਂ ਤੁਹਾਨੂੰ ਵੇਖ ਰਿਹਾ, ਇਹ ਅਸਲ ਹੈ। ਇੱਕ ਆਪਾਂ ਸੋਚਦੇ ਹਾਂ ਵੇਖਣ ਤੋਂ ਬਾਅਦ ਜਾਂ ਪਹਿਲਾਂ, ਵੇਖਣ ਅਤੇ ਸੋਚਣ ਦਾ ਫਰਕ ਹੈ ਸਾਨੂੰ ਪਤਾ ਹੈ। ਤੀਜਾ ਸਾਨੂੰ ਸੁਪਨਾ ਆਉਂਦਾ ਰਾਤੀ, ਚੌਥਾ ਸਾਨੂੰ ਕੋਈ ਗੱਲ ਸੁਣਾਉਂਦਾ ਅਸੀਂ ਗੱਲ ਸੁਣ ਕੇ ਉਹਦਾ ਅੰਦਾਜ਼ਾ ਲਾਉਂਦੇ ਹਾਂ। ਸਾਨੂੰ ਚਾਰਾਂ ਚੀਜ਼ਾਂ ਦਾ ਫਰਕ ਪਤਾ ਹੈ ਅੱਜ, ਪਰ ਜਿਹੜੀ ਅਗਲੀ ਪੀੜ੍ਹੀ ਆ ਰਹੀ ਹੈ ਜਿਹੜੀ ਉਹ ਸੰਦ ਨਾਲ ਖੇਡਦੀ ਹੈ ਉਹਨੂੰ ਪਤਾ ਨਹੀਂ ਲੱਗਦਾ ਇਹ ਗੱਲ ਦਾ। ਹੁਣ ਇਹ ਬਿਮਾਰੀ ਦੁਨੀਆ 'ਚ ਪੈਦਾ ਹੋਣ ਲੱਗ ਗਈ ਬੱਚਿਆਂ 'ਚ ਵੀ ਜਵਾਕ ਕੋਠੇ 'ਤੇ ਥੱਲੇ ਛਾਲ ਮਾਰ ਦਿੰਦਾ ਇਹ ਸੋਚ ਕੇ ਕਿ ਮੈਂ ਦੁਬਾਰੇ ਫਿਰ ਕੋਠੇ 'ਤੇ ਆ ਜਾਊਂਗਾ, ਮੇਰੀਆਂ ਟੰਗਾਂ ਨੂੰ ਕੁਛ ਨਹੀਂ ਹੋਊਗਾ। ਬੱਚਿਆਂ ਦੇ ਵਿੱਚ ਇੱਦਾਂ ਦੀ ਚੀਜ਼ ਆਉਣ ਲੱਗ ਗਈ ਵੀ ਉਹਨਾਂ ਨੇ ਸੁਪਨਾ ਲਿਆ ਸੀ, ਉਹਨਾਂ ਨੇ ਚੀਜ਼ ਵੇਖੀ ਸੀ, ਉਹਨਾਂ ਨੇ ਸੁਣੀ ਸੀ, ਉਹਦਾ ਫਰਕ ਮਿਟੀ ਜਾਂਦਾ। ਇਹ ਚੀਜ਼ ਦਾ ਫਰਕ ਬੰਦੇ ਨੂੰ ਬੰਦਿਆਂ ਦੇ ਵਿੱਚ ਰਹਿ ਕੇ ਪਤਾ ਲੱਗਦਾ। ਜਦੋਂ ਬੰਦਾ ਸੰਦ ਨਾਲ ਜੁੜ ਜਾਂਦਾ ਹੈ ਤਾਂ ਉਹਨੂੰ ਫਿਰ ਪਤਾ ਨਹੀਂ ਲੱਗਦਾ ਕਿ ਕੋਈ ਸੱਚੀ ਵਾਪਰਿਆ ਕਿ ਸਿਰਫ ਦ੍ਰਿਸ਼ ਦੇ ਵਿੱਚ ਵਾਪਰਿਆ ਜਾਂ ਮਨ ਦੇ ਵਿੱਚ ਹੀ ਵਾਪਰਿਆ। ਲੋਕਾਂ ਦੀ ਯਾਦਾਸ਼ਤਾਂ ਦੇ ਵਿੱਚੋਂ ਇਹ ਫਰਕ ਮਿਟਣ ਲੱਗ ਗਿਆ, ਉਹ ਖਾਨੇ ਬੰਦ ਹੋ ਜਾਂਦੇ ਸਾਰੇ। ਅੱਜ ਸਾਨੂੰ ਬਹੁਤਿਆਂ ਨੂੰ ਇਹ ਗੱਲ ਦਾ ਅੰਦਾਜ਼ਾ ਸ਼ਾਇਦ ਨਹੀਂ ਹੋ ਸਕਦਾ, ਪਰ ਜਦੋਂ ਤੁਸੀਂ ਵੱਡੇ ਸ਼ਹਿਰਾਂ 'ਚ ਜਾ ਕੇ ਦੇਖੋਗੇ ਜਿੱਥੇ ਮਾਂ ਬਾਪ ਜਵਾਕ ਨੂੰ ਦਰਸ਼ਨ ਮਸੀਂ ਦਿੰਦੇ ਨੇ, ਖਾਸ ਕਰਕੇ ਸਾਡੇ ਬੰਦੇ ਬਾਹਰ ਚੱਲ ਕੇ ਜਿਹੜੇ ਬਹੁਤ ਸੌਖੀ ਜ਼ਿੰਦਗੀ ਕੱਟਣ ਗਏ ਨਾ, ਜਿਹੜੇ ਉੱਥੇ ਦੋ ਦੋ ਦਿਹਾੜੀਆਂ ਲਾਉਂਦੇ ਨੇ, ਉਹ ਆਪਦੇ ਜਵਾਕਾਂ ਨਾਲ ਉਹਨਾਂ ਦਾ ਰਿਸ਼ਤਾ ਇੱਦਾਂ ਹੀ ਹੈ। ਜਵਾਕ ਉਹਨਾਂ ਨੂੰ ਕਹਿੰਦਾ ਮੈਨੂੰ ਬੁਲਾਓ ਨਾ, ਮੈਨੂੰ ਖੇਡਣ ਦਾ। 8-8, 7-7 ਸਾਲ ਦੇ ਬੱਚੇ ਹੋ ਜਾਂਦੇ ਨੇ, ਬੱਚੇ ਬੋਲਣ ਨਹੀਂ ਲੱਗਦੇ। ਡਾਕਟਰ ਨੂੰ ਪਤਾ ਲੱਗਦਾ ਵੀ ਬੱਚਾ ਤਾਂ ਨਹੀਂ ਬੋਲਦਾ ਵੀ ਜਦੋਂ ਉਹਦੀ ਬੋਲਣ ਦੀ ਉਮਰ ਸੀ ਕਿਸੇ ਨੇ ਉਹਦੇ ਨਾਲ ਗੱਲਾਂ ਨਹੀਂ ਕੀਤੀਆਂ। ਇੱਦਾਂ ਹੋ ਗਿਆ ਵੀ ਡਾਕਟਰ ਕਹਿੰਦੇ ਜਵਾਕ ਦੇ ਦਿਮਾਗ 'ਚ ਉਹਦੀ ਦੁਨੀਆ ਅਤੇ ਉਹਦੇ ਜਿਹੜੇ ਉਹ ਕਾਰਟੂਨ ਵੇਖਦਾ ਉਹਨਾਂ ਦੀ ਦੁਨੀਆ ਹੈ, ਅਸੀਂ ਉਹਦੇ 'ਚ ਹਾਂ ਹੀ ਨਹੀਂ। ਇਹ ਇੱਦਾਂ ਦੀ ਖੇਡ ਹੋਣ ਲੱਗ ਗਈ ਹੈ। ਇਹ ਤਾਂ ਕਰਕੇ ਹੈ ਕਿ ਜਿਹੜੇ ਸਾਡੇ ਸਾਰੇ ਬੰਦੇ ਨੇ ਜਿਨ੍ਹਾਂ ਕੋਲ ਵੀ ਇਹ ਸੰਦ ਆ ਗਏ ਨੇ, ਉਹ ਇੱਕ ਨਵੀਂ ਬਿਮਾਰੀ ਨਾ ਕਹਾਂ, ਇੱਕ ਨਵੀਂ ਖੇਡ ਆ ਗਈ ਇਸੇ ਦੀ। ਨਾ ਨਰਕ ਹੈ ਨਾ ਸੁਰਗ ਹੈ, ਕੋਈ ਹੋਰ ਹੀ ਹੋ ਗਿਆ। ਨਾ ਉਹ ਜਹਾਨ ਹੈ ਨਾ ਇਹ ਜਹਾਨ ਹੈ, ਵਿਚਾਲੇ ਕੋਈ ਨਵੀਂ ਚੀਜ਼ ਆ ਗਈ। ਉਹਦੇ ਕਰਕੇ ਸਾਨੂੰ ਜਿਹੜਾ ਅਸੀਂ ਹੁਣ ਤੱਕ ਸ਼ਬਦਾਂ ਨਾਲ ਜਿਉਂਦੇ ਆਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਸ਼ਬਦ ਗੁਰੂ ਆਖ ਕੇ, ਤਾਂ ਲੱਗਦਾ ਇੱਦਾਂ ਵੀ ਸ਼ਾਇਦ ਸਿਰਫ ਗੁਰਬਾਣੀ ਰੂਪ ਸ਼ਬਦ ਗੁਰੂ ਹੈ। ਪਰ ਜਦੋਂ ਤੁਸੀਂ ਜਾਓਗੇ ਕਿਤੇ ਵੀ ਜਾਓ, ਜਿਹੜਾ ਬੰਦਾ ਕਹਿੰਦਾ ਬਈ ਮੈਂ ਰੱਬ ਨੂੰ ਨਹੀਂ ਮੰਨਦਾ, ਠੀਕ, ਉਹਨੂੰ ਜੇ ਬੰਦਾ ਪੁੱਛੇ ਵੀ ਰੱਬ ਸ਼ਬਦ ਤੈਨੂੰ ਕਿੱਥੋਂ ਮਿਲਿਆ, ਠੀਕ, ਮੰਨਣ ਦਾ ਖਿਆਲ ਕਿੱਥੋਂ ਪਤਾ ਲੱਗਿਆ, ਇਹ ਵੀ ਸ਼ਬਦਾਂ ਦੇ ਵਿੱਚ ਹੀ ਆਉਂਦਾ। ਸਾਨੂੰ ਜਿੰਨਾ ਕੁਝ ਪਤਾ ਹੈ ਸਾਰਾ ਸ਼ਬਦਾਂ ਨਾਲ ਹੀ ਪਤਾ ਹੁੰਦਾ। ਅਤੇ ਸਾਡੀ ਜਿਹੜੀ ਹਸਤੀ ਬਣਦੀ ਆ ਆਪਦੀ, ਕੋਈ ਜਵਾਕ ਡਰਪੋਕ ਹੈ, ਕੋਈ ਲੜਪੇ ਆ, ਕੁਛ ਵੀ ਹੋ ਗਿਆ, ਇਹਦਾ ਇੱਕ ਅੰਦਾਜ਼ਾ ਹੈ ਕਿ ਬੱਚਾ, ਜਿਹੜੀ ਮਹਾਂਭਾਰਤ ਦੀ ਕਹਾਣੀ ਹੈ ਕਿ ਅਭਿਮੰਨੂ ਜੰਮਣ ਤੋਂ ਪਹਿਲਾਂ ਉਹਦੇ ਪਿਓ ਨੇ ਉਹਦੀ ਮਾਂ ਨੂੰ ਕਹਾਣੀ ਸੁਣਾਈ, ਚੱਕਰ ਵਿਊ ਵਾਲੀ, ਸ਼ਾਇਦ ਸੁਣੀ ਹੋਵੇ ਤੁਸੀਂ ਕਿਸੇ ਨੇ, ਕਿ ਬੱਚਾ ਜੰਮਣ ਤੋਂ ਪਹਿਲਾਂ ਸੁਣਨਾ ਸ਼ੁਰੂ ਕਰ ਦਿੰਦਾ। ਅਤੇ ਸਭ ਤੋਂ ਵੱਧ ਅਸੀਂ ਸੁਣ ਕੇ ਕੰਮ ਲੈਂਦੇ ਹਾਂ ਵੀ ਮੇਰੀਆਂ ਅੱਖਾਂ ਚੀਜ਼ ਦੇਖਦੀਆਂ ਵੀ ਇਹ ਪੱਖਾ ਹੁੰਦਾ, ਮੇਰੀਆਂ ਅੱਖਾਂ ਨੂੰ ਨਹੀਂ ਪਤਾ, ਪਹਿਲਾਂ ਮੇਰੇ ਸ਼ਬਦ ਕੰਨ 'ਚ ਪੈਂਦਾ ਕਿ ਪੁੱਤ ਪੱਖਾ, ਫਿਰ ਮੈਂ ਮੰਨਦਾ ਪੱਖਾ, ਇਹਦੇ ਪਿੱਛੇ ਵੀ ਮੈਂ ਕੌਣ ਹਾਂ। ਪਹਿਲਾਂ ਨਾਂ ਪੈਂਦਾ ਕੰਨ 'ਚ ਕਿ ਤੂੰ ਫਲਾਨਾ, ਮਾਂ ਲੋਰੀ ਦਿੰਦੀ ਵੀ ਮੇਰਾ ਫਲਾਨਾ ਪੁੱਤ, ਤਾਂ ਸਾਨੂੰ ਪਹਿਲਾਂ ਪਤਾ ਲੱਗਦਾ ਕਿ ਮੈਂ ਫਲਾਨਾ, ਉਹ ਵੀ ਅੱਖਰ ਸਾਡੇ ਕੰਨ 'ਚ ਪੈਂਦੇ।
ਤਾਂ ਜਿੰਨਾ ਸਾਨੂੰ ਦਿਸਦਾ ਕਿ ਆਹ ਕੀ ਹੈ, ਆਹ ਕੀ ਹੈ, ਆਹ ਕੀ ਹੈ, ਸਾਡੀਆਂ ਅੱਖਾਂ ਵੇਖ ਕੇ ਸਮਝਦੀਆਂ ਨਹੀਂ ਕੀ ਹੈ। ਸਾਨੂੰ ਜਿਹੜਾ ਕੋਈ ਨੇੜੇ ਮਾਂ ਪਿਓ ਭੈਣ ਭਰਾ ਹੁੰਦਾ, ਉਹ ਸਾਡੇ ਕੰਨੀ ਸ਼ਬਦ ਪਾਉਂਦਾ, ਅਸੀਂ ਉਹਨੂੰ ਸਮਝਦੇ ਹਾਂ ਕਿ ਇਹ ਕੀ ਹੈ। ਇੱਥੋਂ ਸਾਡੀ ਜ਼ਿੰਦਗੀ ਸ਼ੁਰੂ ਹੈ, ਸੁੱਖ ਦੁੱਖ। ਅਸੀਂ ਕਿਹੜੇ ਹਾਲ 'ਚ ਜਿਉਂਦੇ ਹਾਂ ਸਾਡੇ ਧੀ ਪੁੱਤ ਨੂੰ ਨਹੀਂ ਪਤਾ। ਜਦੋਂ ਨਿੱਕਾ ਜਿਹਾ ਬੱਚਾ ਮਾਂ ਪਿਓ ਨੂੰ ਸੁਣਦਾ ਵੀ ਮੇਰੀ ਢੂਹੀ ਦੁਖਦੀ ਹੈ, ਕਈ ਵਾਰੀ ਉਹ ਵੀ ਕਹਿੰਦਾ ਹੁੰਦਾ ਮੇਰੀ ਢੂਹੀ ਦੁਖਦੀ ਹੈ, ਉਹਨੂੰ ਸ਼ਬਦ ਪਤਾ ਲੱਗ ਜਾਂਦਾ, ਉਹਨੂੰ ਦੁੱਖ ਪਤਾ ਨਹੀਂ ਹੁੰਦਾ। ਅਸੀਂ ਬੱਚੇ ਨੂੰ ਸ਼ਬਦ ਉਹਦੇ ਸਾਹਮਣੇ ਵਰਤ ਕੇ ਉਹਨੂੰ ਡਰਨਾ ਸਿਖਾਉਂਦੇ, ਉਹਨੂੰ ਲੜਨਾ ਸਿਖਾਉਂਦੇ, ਸਭ ਕੁਝ ਇੱਦਾਂ ਵਰਤਦਾ। ਮੈਂ ਕਈਆਂ ਥਾਵਾਂ 'ਤੇ ਕਹਿਣਾ ਕਿ ਅਫਰੀਕਾ ਦੇ ਜੰਗਲਾਂ ਦੀਆਂ ਨਾ ਕੋਈ ਕੁਛ ਵੀਡੀਓ ਨੇ ਇੱਦਾਂ ਦੀਆਂ ਵੀ ਵੱਡੀਆਂ ਵੱਡੀਆਂ ਸਰਾਲਾਂ ਨੂੰ ਜਵਾਕ ਖੱਡਾਂ 'ਚ ਕੱਢ ਕੇ ਝੋਲੇ 'ਚ ਪਾਈ ਜਾਂਦੇ ਨੇ ਕਰਕੇ। ਸਾਡੇ ਜਵਾਕ ਪਾਉਣਗੇ? ਆਪਣੇ ਇੱਥੇ ਗੋਹਾਂ ਫਿਰਦੀਆਂ ਹੁੰਦੀਆਂ ਨੇ, ਜੇ ਯੂਪੀ ਵਾਲੇ ਪਾਸੇ ਜਾਊਂ ਬੰਦੇ ਗੋਹ ਨੂੰ ਵੇਖ ਕੇ ਇੰਨਾ ਡਰ ਜਾਂਦੇ, ਡਿੱਗ ਪੈਂਦੇ ਨੇ। ਉਹਨਾਂ ਦੇ ਮਨ 'ਤੇ ਉਹ ਚੀਜ਼ ਦਾ ਸ਼ਬਦਾਂ ਨਾਲ ਅਸਰ ਪਿਆ ਹੋਇਆ। ਜਿੱਦਾਂ ਅਸੀਂ ਆਪਣੇ ਬੱਚਿਆਂ ਨੂੰ ਕਈ ਵਾਰੀ ਡਰਾ ਦਿੰਦੇ ਹਾਂ ਵੀ ਟਿੱਡੀ ਖਾਏ ਕਿਰਲੀ ਚੂਹੀ, ਉਹ ਉਵੇਂ ਜਦੋਂ ਅਸੀਂ ਬੱਚੇ ਦੀ ਜੜ ਬੰਨਦੇ ਹਾਂ ਸਾਡੀ ਮੁਸ਼ਕਲਾਂ ਦਾ ਕੰਮ ਅਸਲ 'ਚ ਉੱਥੇ ਪਿਆ ਹੋਇਆ। ਅੱਜ ਸਾਡੇ ਕੋਲ ਜੋ ਹੈ, ਜਿਹੋ ਜਿਹੀ ਸਿਹਤ ਹੈ, ਜਿਹੋ ਜਿਹਾ ਕਾਰੋਬਾਰ ਹੈ, ਉਹਦੇ 'ਚ ਬਹੁਤਾ ਬਦਲਾਅ ਦੇਖਣ ਨੂੰ ਨਹੀਂ ਆ ਸਕਦਾ, ਪਰ ਇੱਕ ਰੂਪ 'ਚ ਆ ਸਕਦਾ ਕਿ ਅਸੀਂ ਕਿਹੜੇ ਸ਼ਬਦ ਸੁਣਦੇ ਹਾਂ, ਕਿਹੜੇ ਬੋਲਦੇ ਹਾਂ। ਤੁਸੀਂ ਉਹਨਾਂ ਨੂੰ ਬਦਲ ਕੇ ਦੇਖੋ, ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਜਦੋਂ ਕੋਈ ਬਾਬੇ ਦੇ ਡੇਰੇ 'ਤੇ ਜਾਂਦਾ, ਬਾਬਾ ਭੂਤ ਨਹੀਂ ਦਿੰਦਾ, ਮਸਲਾ ਸ਼ਬਦਾਂ ਦਾ ਹੀ ਹੈ। ਜਿਹੜੀ ਬਾਬਾ ਕੰਨ 'ਚ ਫੂਕ ਮਾਰਦਾ, ਉਹ ਮਸਲਾ ਉਹ ਬੋਲਾਂ ਦਾ ਕਿ ਮੈਂ ਰੱਬ ਹਾਂ ਜਾਂ ਮੈਂ ਤੇਰੇ ਦੁੱਖ ਕੱਟ ਦੂੰਗਾ। ਉਹਦਾ ਜਿਹੜਾ ਅਸਰ ਹੈ, ਉਹ ਸ਼ਬਦ ਦਾ ਅਸਰ ਹੈ ਜੀ। ਅਸੀਂ ਜਿੰਨੇ ਰੋਜ਼ ਗੱਲਾਂ ਸੋਚਦੇ ਹਾਂ ਆਪਦੇ ਮਨ 'ਚ, ਅਤੇ ਜਿੰਨੀਆਂ ਆਪਦੇ ਮੂੰਹੋਂ ਬੋਲਦੇ ਹਾਂ, ਚਾਹੇ ਚੌੜ 'ਚ ਚਾਹੇ ਗੁੱਸੇ 'ਚ, ਦੂਜੇ 'ਤੇ ਅਸਰ ਤਾਂ ਪਾਉਂਦੀਆਂ ਨੇ, ਪਰ ਉਦੋਂ ਵੱਧ ਸਾਡੇ 'ਤੇ ਪਾਉਂਦੀਆਂ ਨੇ। ਅਸੀਂ ਸਾਰੇ ਰੋਜ਼ ਲਗਭਗ 2 ਜਾਂ 3 ਵੇਲੇ ਰੋਟੀ ਖਾਂਦੇ ਹਾਂ, ਇਦੋਂ ਵੱਧ ਸਾਨੂੰ ਲੋੜ ਪੈਂਦੀ ਪਾਣੀ ਪੀਣ ਦੀ, ਦਿਨ 'ਚ 4-5 ਵਾਰੀ ਪਾਣੀ ਪੀਂਦੇ ਹਾਂ, ਉਦੋਂ ਵੱਧ ਲੋੜ ਪੈਂਦੀ ਸਾਨੂੰ ਸਾਹ ਲੈਣ ਦੀ। ਹਰ ਬੰਦਾ ਲਗਭਗ 1 ਮਿੰਟ 'ਚ 15, 18, ਜਾਂ 20 ਸਾਹ ਲੈ ਲੈਂਦਾ, ਪਰ ਇੱਕ ਸਾਹ ਤੋਂ ਦੂਜੇ ਸਾਹ ਦੇ ਵਿਚਕਾਰ ਸਾਡੇ ਮਨ ਦੇ ਵਿੱਚ ਜੋ ਵਾਪਰਦਾ, ਜਿੱਦਾਂ ਛੋਟਾ ਬੱਚਾ, ਲਗਭਗ ਇਹਦੇ 1 ਸੈਕਿੰਡ ਦੇ ਵਿੱਚ 1 ਲੱਖ ਦੇ ਕਰੀਬ ਹਿਲਜੁਲ ਹੁੰਦੀ ਹੈ ਦਿਮਾਗ ਦੇ ਵਿੱਚ, ਜਿੰਨਾ ਸੂਖਮ ਅਤੇ ਇੰਨਾ ਤੇਜ਼ ਹੈ ਦਿਮਾਗ ਬੱਚੇ ਦਾ ਜਿਹੜਾ ਹੁੰਦਾ। ਤਾਂ ਉਹਦੇ ਵਿੱਚ ਕੀ ਚੱਲਦਾ? ਉਹਦੇ 'ਚ ਸ਼ਬਦ ਚੱਲਦਾ। ਅਸੀਂ ਕਹਿੰਦੇ ਫਲਾਣੇ ਦਾ ਮਨ ਭਟਕਦਾ, ਮਨ ਦੀ ਭਟਕਣ ਵੀ ਸ਼ਬਦਾਂ ਦਾ ਰੂਪ ਹੀ ਅਸਲ 'ਚ, ਉਹ ਖਿਆਲ ਜਿਹੜਾ ਆਉਂਦਾ ਉਹ ਖਿਆਲ ਸ਼ਬਦ ਨਾਲ ਹੀ ਆਉਂਦਾ ਉਹਦੇ 'ਚ। ਤਾਂ ਸਾਡੇ ਅੰਦਰ ਸਾਹਾਂ ਤੋਂ ਵੀ ਤੇਜ਼ ਸ਼ਬਦ ਚੱਲਦੇ ਨੇ। ਅਸੀਂ ਜਦੋਂ ਅੱਖਾਂ ਬੰਦ ਕਰਦੇ ਹਾਂ ਤੁਹਾਨੂੰ ਤਾਂ ਵੀ ਸੁਣ ਸਕਦਾ, ਜਦੋਂ ਸੁੱਤੇ ਹੁੰਦੇ ਹੋ ਉਦੋਂ ਵੀ ਅੰਦਰ ਸ਼ਬਦ ਚੱਲਦਾ ਰਹਿੰਦਾ, ਜਦੋਂ ਕੋਈ ਬੰਦਾ ਬੇਹੋਸ਼ ਹੋ ਕੇ ਡਿੱਗ ਪਿਆ ਸ਼ਬਦ ਉਦੋਂ ਵੀ ਉਹਦੇ ਅੰਦਰ ਚੱਲਦਾ। ਜਿੰਨਾ ਚਿਰ ਬੰਦੇ ਦੇ ਸਾਹ ਚੱਲਦੇ ਨੇ ਉਹਦੇ ਅੰਦਰ ਸ਼ਬਦ ਚੱਲਦੇ ਰਹਿੰਦੇ। ਸਾਨੂੰ ਖੁਰਾਕ ਦੀ ਲੋੜ 2 ਵਾਰੀ ਹੈ, ਪਰ ਸ਼ਬਦਾਂ ਦੀ ਲੋੜ ਸਾਹਾਂ ਤੋਂ ਵੀ ਜ਼ਿਆਦਾ ਹੈ। ਤਾਂ ਜਿਹੜੀ ਚੀਜ਼ ਸਾਡੇ ਅੰਦਰ ਸਾਹਾਂ ਤੋਂ ਵੀ ਜ਼ਿਆਦਾ ਵੱਸਦੀ ਹੈ, ਅਸੀਂ ਉਹਨੂੰ ਕਿਸ ਰੂਪ 'ਚ ਵਰਤ ਸਕਦੇ ਹਾਂ? ਵੀ ਜਿਹੜਾ ਇਹ ਬੁਰਾ ਨਾ ਬੋਲੋ ਜਾਂ ਬੁਰਾ ਨਾ ਸੁਣੋ, ਇਹ ਐਡਾ ਕੀਮਤੀ ਨੁਕਤਾ ਹੈ ਕਿ ਇਹਦੇ ਨਾਲ ਸਾਡਾ ਮਨ, ਇਹਦੇ ਨਾਲ ਸਾਡਾ ਸਰੀਰ ਸਾਰੇ ਦਾ ਸਾਰਾ ਬਦਲ ਜਾਂਦਾ ਹੈ। ਤੁਸੀਂ ਮਸ਼ਹੂਰੀਆਂ ਵੇਖਦੇ ਹੋਵੋਗੇ ਕਿ ਫਲਾਨੀ ਕਸਰਤ ਕਰੋ, ਮੋਟੇ ਹੋ ਜਾਓ, ਪਤਲੇ ਹੋ ਜਾਓ, ਉਹ ਬਿਲਕੁਲ ਹੋਰ ਚੀਜ਼ ਹੈ। ਉਹਨਾਂ ਦੇ ਉੱਤੇ ਯਕੀਨ ਵੀ ਸਾਨੂੰ ਉਹਨਾਂ ਦੇ ਸ਼ਬਦਾਂ ਨਾਲ ਹੀ ਆਉਂਦਾ। ਇਹ ਗੱਲ ਮੈਂ ਸਾਰੀ ਤਾਂ ਦੁਹਰਾ ਰਿਹਾ ਕਿ ਸਾਡੇ ਕੋਲ ਜੋ ਸਭ ਕੁਝ ਆਪਣੇ ਅੰਦਰ ਹੀ ਪਿਆ, ਸਾਨੂੰ ਕਿਸੇ ਹੋਰ ਦੀ ਜ਼ਰੂਰਤ ਹੀ ਹੈ ਨਹੀਂ, ਸਿਰਫ ਆਪਣੇ ਆਪ ਨਹੀਂ ਝਾਕਣਾ ਕਿ ਸਾਡੇ ਪੱਲੇ 'ਚ ਜਿੰਨੇ ਸ਼ਬਦ ਨੇ, ਸੋਚਣ ਵੇਲੇ, ਬੋਲਣ ਵੇਲੇ,
ਸੁਣਨ ਵੇਲੇ, ਲਿਖਣ ਵੇਲੇ। ਜੇ ਮੱਥ ਲਵੇ ਕੋਈ ਬੰਦਾ ਕਿ ਮੈਂ ਚੰਗੇ ਵਰਤਣੇ ਨੇ, ਜਿਹੜੇ ਮਾੜੇ ਆਏ ਉਹ ਮੈਂ ਰੋਕ ਲੈਣੇ ਨੇ, ਨਾ ਗਾਹਾਂ ਦੱਸਣੇ ਨੇ, ਨਾ ਗਾਹਾਂ ਬੋਲਣੇ ਨੇ। ਕੋਈ ਬੰਦਾ, ਕੋਈ ਭੈਣ ਭਰਾ, ਇਹ ਪ੍ਰਤਿਆ ਕੇ ਦੇਖ ਲਓ, ਤੁਹਾਡਾ ਵਿਹਾਰ ਬਦਲ ਜਾਏਗਾ। ਜਿਹੜਾ ਕੋਈ ਬੰਦਾ ਬਿਮਾਰ ਹੈ ਉਹਦੇ ਠੀਕ ਹੋਣ ਦੀ ਜ਼ਿੰਮੇਦਾਰੀ ਇਹਦੇ 'ਚ। ਹਸਪਤਾਲਾਂ ਜਾ ਕੇ ਦੇਖੋ, ਬੰਦੇ ਦਾ ਬਿਮਾਰੀ ਨਾਲ ਮੂੰਹ ਨਹੀਂ ਉਤਰਿਆ ਹੁੰਦਾ, ਬੰਦੇ ਦਾ ਮੂੰਹ ਉਦਾਸੀ ਨਾਲ ਉਤਰਿਆ ਹੁੰਦਾ। ਤੁਸੀਂ ਬਿਲਕੁਲ ਬਿਮਾਰ ਬੰਦੇ, ਜਿਹੜੇ ਬਹੁਤ ਬਿਮਾਰ ਹੁੰਦੇ ਆ, ਉਹਨਾਂ ਨੂੰ ਵੇਖਦੇ ਕਈ ਵਾਰੀ ਵੀ ਮਰਨ 'ਤੇ ਆਏ ਹੁੰਦੇ, ਇਹਨੇ ਕੁਛ ਨਹੀਂ ਹੋਇਆ ਮੈਨੂੰ, ਠੀਕ ਹਾਂ ਮੈਂ, ਤਾਂ ਉਹਦੇ ਠੀਕ ਹੋਣ ਦੀ ਜਿਹੜੀ ਅੜੀ ਆ ਉਹਦੇ ਅੰਦਰ, ਉਹ ਸ਼ਬਦਾਂ 'ਚ ਪਈ ਹੁੰਦੀ। ਛੋਟੇ ਹੁੰਦੇ ਅਸੀਂ ਕਹਾਣੀ ਪੜ੍ਹੀ ਹੋਈ ਹੈ ਵੀ ਇੱਕ ਡਾਕਟਰ ਬਹੁਤ ਵਧੀਆ ਸੀ, ਜਿਹਨੂੰ ਕਹਿੰਦਾ ਤੂੰ ਬਚੇਗਾ ਉਹ ਬਚ ਜਾਂਦਾ, ਜਿਹਨੂੰ ਕਹਿੰਦਾ ਤੂੰ ਮਰੇਗਾ ਉਹ ਮਰ ਜਾਂਦਾ। ਉਹਦਾ ਇੱਕ ਬਹੁਤ ਵਧੀਆ ਮਿੱਤਰ ਸੀਗਾ, ਉਹ ਬਿਮਾਰ ਹੋ ਗਿਆ, ਉਹਨੇ ਦੇਖਿਆ ਵੀ ਇਹ ਮਰਨ ਵਾਲਾ। ਉਹ ਕਹਿੰਦਾ ਦੱਸ ਵੀ ਮੈਂ ਮਰੂੰਗਾ ਕਿ ਬਚੂੰਗਾ। ਉਹ ਕਹਿੰਦਾ ਨਹੀਂ ਤੂੰ ਬਚ ਜਾਏਗਾ। ਡਾਕਟਰ ਨੂੰ ਹੈਰਾਨੀ ਹੋਈ, ਸੱਚੀ ਬਚ ਗਿਆ। ਉਹਨੇ ਉਹਦਾ ਦਿਲੱਖਣ ਨੂੰ ਸ਼ਬਦ ਕਿਹਾ ਸੀ। ਅਤੇ ਅਸੀਂ ਜਿਹੜਾ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਆ ਕੇ ਇੱਥੇ ਧਰਤੀ ਬਦਲੀ, ਲੋਕਾਂ ਦਾ ਜੀਵਨ ਬਦਲਿਆ, ਉਹਨਾਂ ਨੇ ਆ ਕੇ ਸਾਨੂੰ ਸ਼ਬਦ ਹੀ ਕਹੇ ਸੀ। ਇੱਥੇ ਹਜ਼ਾਰਾਂ ਸਾਲ ਪਹਿਲਾਂ ਮਹਾਤਮਾ ਬੁੱਧ ਹੋਏ, ਉਹਨਾਂ ਨੇ ਲੋਕਾਂ ਨੂੰ ਇਹ ਸਮਝਾਇਆ ਕਿ ਸੰਸਾਰ ਦੁੱਖਾਂ ਦਾ ਘਰ ਹੈ। ਘੱਟੋ ਘੱਟ 2000 ਸਾਲ ਉਹਦੇ 'ਤੇ ਵੱਡੇ ਵੱਡੇ ਗ੍ਰੰਥ ਲਿਖੇ ਗਏ ਕਿ ਦੁੱਖ ਇੱਦਾਂ ਹੁੰਦਾ, ਦੁੱਖ ਉੱਦਾਂ ਹੁੰਦਾ। ਉਹਨਾਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਇੱਕ ਅੱਧੀ ਪੰਕਤੀ ਕਹੀ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਤਾਂ ਲੋਕਾਂ ਦੇ ਮਨ 'ਚ ਦੁੱਖ ਦਾ ਖਿਆਲ ਬਦਲ ਗਿਆ। ਜਿਹੜਾ ਪੰਜਾਬ ਦਾ ਇਤਿਹਾਸ ਪੜ੍ਹਦੇ ਹਾਂ ਅਸੀਂ, ਸ਼ਾਇਦ ਤੁਹਾਡੇ ਕੋਈ ਕਿਤਾਬ ਹੋਵੇ ਇੱਥੇ, ਮਿਸਲਾਂ ਦਾ ਇਤਿਹਾਸ 18ਵੀਂ ਸਦੀ ਦਾ, ਵੀ ਜਿਹੜੇ ਬੰਦਿਆਂ ਨੇ ਮੀਰ ਮੰਨੂ ਨੂੰ, ਅਬਦਾਲੀ ਨੂੰ, ਨਾਦਰ ਸ਼ਾਹ ਨੂੰ ਹਰਾਇਆ, ਉਹਨਾਂ ਬਾਰੇ ਇੱਕ ਚੀਜ਼ ਦੇਖਣ ਵਾਲੀ ਹੈ। ਉਹ ਉਹਨਾਂ ਦੀ ਜਿਹੜੀ ਉਦੋਂ ਦੀ ਬੋਲੀ ਸੀ ਉਹ ਦੇਖਣ ਵਾਲੀ ਹੈ। ਉਹਨਾਂ ਨੂੰ ਕਹਿੰਦੇ ਆ, ਸਾਡੇ ਕੋਲ ਥੋੜ੍ਹੇ ਸ਼ਬਦ ਆਏ ਉਹਨਾਂ ਬੰਦਿਆਂ ਦੇ, ਉਹਨਾਂ ਨੂੰ ਕਹਿੰਦੇ ਨਿਹੰਗ ਸਿੰਘਾਂ ਦੇ ਬੋਲੇ। ਜੇ ਤੁਸੀਂ ਉੱਥੇ ਵੇਖੋਗੇ ਉੱਥੇ 2 ਚੀਜ਼ਾਂ ਨੇ, ਜੇ ਕੋਈ ਬੰਦਾ ਲੰਗੜਾ ਹੈ ਉਹਨੂੰ ਲੰਗੜਾ ਨਹੀਂ ਕਹਿੰਦੇ ਉਹ। ਹੁਣ ਜੰਗ ਦਾ ਵੇਲਾ ਸੀ, ਜੇ ਕੋਈ ਜਿਸ ਦੀ ਗੁੱਟ ਵੱਢਿਆ ਗਿਆ, ਬਾਂਹ ਵੱਢੀ ਗਈ, ਉਹਨੂੰ ਉਹ ਟੁੰਡਾ ਨਹੀਂ ਕਹਿੰਦੇ ਸੀ। ਜੇ ਕੋਈ ਅੰਨਾ ਹੈ ਉਹਨੂੰ ਅੰਨਾ ਨਹੀਂ ਕਹਿੰਦੇ ਸੀ। ਮਤਲਬ ਕੋਈ ਬੁਰਾ ਸ਼ਬਦ ਬੋਲਦੇ ਨਹੀਂ ਸੀ। ਜੇ ਕੋਈ ਲੰਗੜਾ ਉਹਨੂੰ ਕਹਿਣਾ 100 ਚਾਲਾ ਸਿੰਘ, ਵੀ ਇੱਕ ਤਰ੍ਹਾਂ ਨਹੀਂ ਤੁਰਦਾ, 100 ਤਰ੍ਹਾਂ ਤੁਰਦਾ। ਜਿਹੜਾ ਕੋਈ ਦੁੱਖ ਸੀ ਉਹਦਾ ਨਾਂ ਹੀ ਨਹੀਂ, ਕੋਈ ਮੁਸੀਬਤ ਸੀ ਉਹਦਾ ਨਾਂ ਹੀ ਨਹੀਂ, ਕੋਈ ਘਾਟ ਸੀ ਉਹਦਾ ਨਾਂ ਹੀ ਨਹੀਂ ਹੈਗਾ। ਜੇ ਕੋਈ ਬੰਦਾ ਬਿਮਾਰ ਹੋ ਗਿਆ, ਕਹਿਣਾ ਨਹੀਂ ਬਿਮਾਰ ਹੋ ਗਿਆ, ਵੀ ਅੜਿੰਗ ਵੜਿੰਗ ਹੋ ਗਿਆ ਜੀ। ਜੇ ਘਰ ਚੀਜ਼ ਮੁੱਕ ਗਈ, ਐਂ ਨਹੀਂ ਕਹਿਣਾ ਮੁੱਕ ਗਈ, ਘਟ ਗਈ, ਵੀ ਲੰਗਰ ਵੱਧ ਗਿਆ ਜੀ, ਲੰਗਰ ਮਸਤ ਹੋ ਗਿਆ ਜੀ। ਉਹਨਾਂ ਬੰਦਿਆਂ ਨੇ ਆਪਦੀ ਜ਼ਿੰਦਗੀ 'ਚ ਐਸੇ ਸ਼ਬਦ ਲਿਆਂਦੇ ਹੀ ਨਹੀਂ ਹਨ। ਉਹਦਾ ਪ੍ਰਤਾਪ ਉਹਨਾਂ ਨੇ ਉਹ ਦੇਖਿਆ। ਇੱਕ ਤਾਂ ਇੱਕ ਉਹ ਬਾਣੀ ਪੜ੍ਹਦੇ ਸੀ, ਗੁਰੂ 'ਤੇ ਆਸਰਾ ਸੀਗਾ, ਉਹ ਵੀ ਸਹੀ ਗੱਲ ਹੈ, ਪਰ ਜਿਹੜੀ ਗੱਲ ਅੱਜ ਆਪਾਂ ਕਰ ਰਹੇ ਹਾਂ ਉਹ ਇੰਨੀ ਹੈ ਵੀ ਕਿਸੇ ਨੇ ਕਿਹਾ ਹੀ ਨਹੀਂ ਕਿ ਮੈਂ ਦੁੱਖ ਹੈ ਮੈਨੂੰ, ਨਾ ਕਿਸੇ ਨੇ ਕਿਹਾ ਮੈਂ ਭੁੱਖਾਂ। ਇਹਨਾਂ ਗੱਲਾਂ ਨੂੰ ਭੁੱਲ ਹੀ ਗਏ ਉਹ, ਅਤੇ ਇਹਨਾਂ ਗੱਲਾਂ ਕਰਕੇ ਉਹ ਇੰਨੇ ਇੰਨੇ ਜ਼ੁਲਮਾਂ ਦੇ ਸਾਹਮਣੇ ਰਹਿ ਸਕੇ। ਉਹਨਾਂ ਨੇ ਆਪਣੇ ਮਨ 'ਚੋਂ ਖਿਆਲ ਆਉਣ ਨਹੀਂ ਦਿੱਤਾ ਦੁੱਖ ਭੁੱਖ ਦਾ। ਹੁਣ ਜਿਹਨੂੰ ਬੁਲਾ ਲਿਆ ਵੀ ਕਿਵੇਂ ਠੀਕ ਹੈ, ਨਹੀਂ ਕੁਛ ਢਿੱਲਾ ਜਾਂ, ਜਿਹਨੂੰ ਕੁਛ ਵੀ ਨਹੀਂ ਹੋਇਆ ਤੁਸੀਂ ਉਹਨੂੰ ਮਨਾ ਸਕਦੇ ਹੋ ਵੀ ਤੂੰ ਥੋੜ੍ਹਾ ਜਿਹਾ ਕਮਜ਼ੋਰ ਹੋ ਗਿਆ, ਪਹਿਲਾਂ ਨਾਲੋਂ ਐਂ ਜਿਹਾ ਹੋ ਗਿਆ। ਤੁਸੀਂ ਬਹੁਤ ਲੋਕਾਂ ਦੇਖੋਗੇ ਇੱਦਾਂ ਮਨਾ ਲੈਂਦੇ ਇੱਕ ਦੂਜੇ ਨੂੰ, ਅਤੇ ਸਾਨੂੰ ਲੱਗਣ ਵੀ ਲੱਗ ਜਾਂਦਾ ਤੁਹਾਨੂੰ ਕੋਈ ਲਿਖੀ ਆ ਜਾਏ ਗੱਲ ਵੀ ਜਿਹੜਾ ਬੰਦਾ ਇੱਦਾਂ ਇੱਦਾਂ ਕਰਦਾ ਉਹ ਬਿਮਾਰ ਹੁੰਦਾ, ਅਤੇ ਪੜ੍ਹ ਕੇ ਲੱਗਦਾ ਵੀ ਮੈਂ ਵੀ ਬਿਮਾਰ ਹਾਂ। ਤਾਂ ਮਨ ਦੇ ਅੰਦਰ ਜਿਹੜਾ ਖਿਆਲ ਆਉਂਦੇ ਨੇ, ਜਿਹੜੇ ਹਰ ਪਲ ਆਉਂਦੇ ਨੇ, ਉਹਨਾਂ ਦਾ ਸ਼ਬਦਾਂ ਨਾਲ ਰਿਸ਼ਤਾ, ਅਤੇ ਦੋਨਾਂ ਗੱਲਾਂ ਦਾ ਸਾਡੀ ਦੇਹ ਨਾਲ ਰਿਸ਼ਤਾ। ਫਿਰ ਸਾਨੂੰ ਦੁਨੀਆ ਵੀ ਦਿਸਦੀ ਉਵੇਂ ਹੀ ਹੈ ਕਿ ਮਨ ਕੇ ਹਾਰੇ ਹਾਰ ਹੈ ਅਤੇ ਮਨ ਕੇ ਜੀਤੇ ਜੀਤ। ਇਹ ਗੱਲ ਵੀ ਅਸਲ 'ਚ ਉੱਥੋਂ ਹੀ ਆਉਂਦੀ ਹੈ। ਤਾਂ ਹੁਣ ਜਿਹੜੀ ਅਗਲੀ ਗੱਲ ਕਿ ਅਸੀਂ ਜਿਹੜਾ ਪਿੰਡਾਂ 'ਚ ਰਹਿੰਦੇ ਹਾਂ, ਜਿਹੜੀ ਚੀਜ਼ ਸਾਡੇ 'ਤੇ ਸਭ ਤੋਂ ਅਸਰ ਪਾਉਂਦੀ ਹੈ ਉਹ ਨੇ ਗਾਲਾਂ। ਸਾਡਾ ਸੁਭਾਅ ਇੱਦਾਂ ਹੋਇਆ ਹੋਇਆ ਕਿ ਅਸੀਂ ਬੰਦੇ ਨੂੰ ਲਾਡ 'ਚ ਵੀ ਗਾਲਾਂ ਕੱਢਦੇ ਹਾਂ,
ਤਾਂ ਹੁਣ ਜਿਹੜੀ ਗਾਲਾਂ ਹੁੰਦੀਆਂ ਨੇ ਉਹ ਇਦਾਂ ਨਹੀਂ ਹੁੰਦਾ ਕਿ ਤੁਹਾਨੂੰ ਗੁੱਸਾ ਆ ਗਿਆ, ਇੱਦਾਂ ਹੀ ਹੁੰਦਾ ਵੀ ਮੈਥੋਂ ਫਿਰ ਗੁੱਸੇ 'ਚ ਮੈਂ ਤੋਂ ਰਿਹਾ ਹੀ ਨਹੀਂ ਗਿਆ, ਫਿਰ ਮੈਂ ਉਹਨੂੰ ਸੁਣਾਈਆਂ ਕਰਾ ਰਹੀਆਂ ਤਾਂ ਬੰਦੇ ਗਾਲਾਂ ਕੱਢ ਕੇ ਹੱਸ ਕੇ ਦੱਸਦੇ ਨੇ। ਇਹ ਗੱਲ ਸਾਨੂੰ ਮਾੜੀ ਮੋਟੀ ਸੰਗ ਲੱਗਦੀ ਹੁੰਦੀ ਹੈ, ਪਰ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਕਿੱਡੀ ਵੱਡੀ ਗੱਲ ਹੈ। ਤਾਂ ਹੁਣ ਜਿੰਨੀ ਅਸੀਂ ਗਾਲ ਕੱਢਦੇ ਹਾਂ ਉਹ ਦੂਜੇ ਦੀ ਮਾਂ ਬਾਰੇ ਹੈ, ਦੂਜੇ ਦੀ ਭੈਣ ਬਾਰੇ ਹੈ, ਦੂਜੇ ਦੀ ਧੀ ਬਾਰੇ ਹੈ, ਇਹੀ ਹੈ। ਤਾਂ ਹੁਣ ਜਿਹੜਾ ਬੰਦੇ ਦਾ ਰਿਸ਼ਤਾ ਹੈ ਦੁਨੀਆਂ 'ਚ, ਜੋ ਬੰਦਾ ਰਹਿੰਦਾ ਹੈ ਉਹਨੇ ਇਹਨਾਂ ਰਿਸ਼ਤਿਆਂ ਨੇ ਰਹਿਣਾ, ਸਭ ਤੋਂ ਵੱਧ ਮਾਂ ਨਾਲ ਰਹਿਣਾ, ਫਿਰ ਭੈਣ ਨਾਲ, ਫਿਰ ਘਰ ਵਾਲੀ ਨਾਲ, ਫਿਰ ਧੀ ਨਾਲ। ਜੇ ਕਿਸੇ ਇੱਕ ਦੇ ਘਰ ਕੁੜੀ ਨਹੀਂ ਵੀ ਹੋਊਗੀ ਪਰ ਦੁਨੀਆਂ ਤਾਂ ਹੀ ਚੱਲਦੀ ਹੈ ਨਾ। ਤਾਂ ਜਿਹੜੀ ਹੁਣ ਸਾਡੇ ਬੰਦੇ ਕਹਿੰਦੇ ਆ ਵੀ ਅਸੀਂ ਅਣਖ ਹੈ, ਸਾਡੀ ਇੱਜ਼ਤ ਹੈ ਜਿਹੜੀ, ਤਾਂ ਮੈਂ ਜਿਹੜੀ ਬੇਨਤੀ ਕਰਦਾ ਕਿ ਦੁਨੀਆਂ ਦੇ ਇਤਿਹਾਸ 'ਚ ਵੀ ਅਤੇ ਸਾਡੇ ਪੁਰਾਣੇ ਇਤਿਹਾਸ 'ਚ ਵੀ ਇੱਦਾਂ ਕਿਤੇ ਨਹੀਂ ਲਿਖਿਆ ਮਿਲਦਾ ਕਿ ਕੋਈ ਅਣਖੀ ਬੰਦਾ ਸੀ ਉਹ ਗਾਲਾਂ ਕੱਢਦਾ ਸੀ। ਅਣਖ ਦਾ ਅਤੇ ਗਾਲਾਂ ਕੱਢਣ ਦਾ ਕੋਈ ਰਿਸ਼ਤਾ ਨਹੀਂ ਹੈਗਾ, ਇਹ ਸਾਡੇ ਗੱਲ ਹਿਸਾਬ 'ਚ ਆਉਣੀ ਚਾਹੀਦੀ। ਅਸੀਂ ਇਸ ਮਾਹੌਲ 'ਚ ਰਹਿ ਕੇ ਸਾਨੂੰ ਇਹ ਗੱਲ ਵਿਸਰ ਜਾਂਦੀ ਹੈ ਵੀ ਇੱਦਾਂ ਹੁੰਦਾ ਕਿ ਨਹੀਂ ਹੁੰਦਾ। ਸਾਨੂੰ ਲੱਗਦਾ ਵੀ ਸਾਰੀ ਦੁਨੀਆ ਸਾਰੇ ਵੇਲਿਆਂ 'ਚ ਗਾਲਾਂ ਹੀ ਕੱਢਦੀ ਰਹਿੰਦੀ ਸਿੱਧਾ ਕਿਤੇ, ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਹਦੇ ਨਾਲ ਸੌਖੇ ਹੋ ਜਾਵਾਂਗੇ ਜਾਂ ਦੂਜੇ ਢੰਗ ਭੰਨ ਦਿਆਂਗੇ। ਇਹਦੇ ਨਾਲ ਬੰਦਾ ਆਪਦੇ ਅੰਦਰ ਕੋਈ ਚੀਜ਼ ਖਰਾਬ ਕਰਦਾ। ਪਹਿਲਾਂ ਹੁੰਦਾ ਮਨ ਦਾ ਟਕਾ, ਲੱਗਦਾ ਇੱਦਾਂ ਹੀ ਹੁੰਦਾ ਵੀ ਮੈਂ ਆਪਦਾ ਗੁੱਸਾ ਕੱਢ ਲਿਆ, ਮੈਂ ਠੰਡਾ ਹੋ ਗਿਆ। ਬੰਦਾ ਠੰਡਾ ਨਹੀਂ ਹੁੰਦਾ, ਬੰਦਾ ਖਾਲੀ ਹੁੰਦਾ, ਬੰਦਾ ਹੌਲਾ ਪੈਂਦਾ। ਜਿਹੜੇ ਫਿੱਕੇ ਬਚਨ ਨੇ ਇਹ ਤੁਸੀਂ ਬੋਲ ਕੇ ਦੂਜੇ ਦਾ ਨੁਕਸਾਨ ਨਹੀਂ ਕਰਦੇ, ਆਪਦਾ ਕਰਦੇ। ਔਰ ਇਹ ਗੱਲ ਸਾਡੇ ਸਾਰੇ ਲੋਕਾਂ ਦੇ ਜੀਵਨ 'ਚ ਸਭ ਤੋਂ ਮਾੜਾ ਅਸਰ ਪਾਉਂਦੀ। ਇਹ ਹੁਣ ਹਰੇਕ ਨੂੰ ਪਤਾ ਹੈ ਕਿ ਬੰਦਾ ਸਰੀਰ ਦਾ ਜਿੰਨਾ ਮਰਜ਼ੀ ਤਕੜਾ ਹੋ ਜੇ, ਜਿੰਨਾ ਮਰਜ਼ੀ ਰੁਪਈਆਂ 'ਚ ਹੋ ਜੇ, ਜਿੱਡਾ ਮਰਜ਼ੀ ਨਾ ਹੋ ਜੇ, ਇਹਨਾਂ ਚੀਜ਼ਾਂ ਨਾਲ ਬੰਦੇ ਨੂੰ ਟੇਕ ਨਹੀਂ ਆਉਂਦੀ ਹੈ। ਉਹ ਗਾਲਾਂ ਸੁਣਦੇ ਹੋ ਨਾ ਵੀ ਮਹਿਲਾਂ ਵਾਲੇ ਖਾਣ ਗੋਲੀਆਂ ਨਹੀਂ ਹੁੰਦੀਆਂ, ਉਹ ਸਹੀ ਹੁੰਦਾ। ਪੰਜਾਬ ਸਭ ਤੋਂ ਵੱਡਾ ਬੰਦਾ ਪ੍ਰਕਾਸ਼ ਸਿੰਘ ਬਾਦਲ ਸੀਗਾ, 5 ਵਾਰੀ ਮੁੱਖ ਮੰਤਰੀ ਰਿਹਾ। ਮੈਨੂੰ ਇੱਕ ਬੰਦੇ ਨੇ ਗੱਲ ਸੁਣਾਈ ਵੀ ਉਹ ਆਪਦੇ ਧੀ ਨੂੰਹ ਪੁੱਤ ਨਾਲ ਰੁੱਸ ਕੇ ਬੁੱਢੇ ਘਰ ਚਲਾ ਗਿਆ ਰਾਤ ਨੂੰ। ਰਿਸ਼ਤਾ ਸ਼ਬਦ ਇੰਨੀ ਧੰਨ ਦੌਲਤ ਜੋੜ ਕੇ ਰਿਸ਼ਤੇ 'ਚ ਤਾਂ ਸਕੂਨ ਹੈ ਨਹੀਂ ਗਾ, ਲਗਾਓ ਹੈ ਨਹੀਂ ਰਿਸ਼ਤੇ ਵਿੱਚ, ਤਾਂ ਮਨ 'ਚ ਟੇਕ ਹੈ ਨਹੀਂ, ਕਾਹਦੇ ਵਾਸਤੇ ਫਿਰ। ਵੀ ਬੰਦੇ ਦਾ ਬੁਨਿਆਦੀ ਕੰਮ ਮਨ ਦੇ ਟਿਕਾ ਦਾ ਹੈ, ਮਨ ਦੀ ਸ਼ਾਂਤੀ ਹੈ। ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ, ਚਾਹੇ ਗੁਰੂਆਂ ਵੱਲੋਂ, ਚਾਹੇ ਭਗਤਾਂ ਵੱਲੋਂ, ਚਾਹੇ ਸ਼ਹੀਦਾਂ ਵੱਲੋਂ, ਇੱਦਾਂ ਨਹੀਂ ਹੈ ਕਿ ਬੇਚੈਨ ਸੀਗੇ। ਜਿਹੜਾ ਬੰਦਾ ਰੋਜ਼ ਗਾਲਾਂ ਕੱਢਦਾ ਹੈ ਉਹ ਐਂ ਨਹੀਂ ਕਿ ਉੱਠ ਕੇ ਸਵੇਰੇ ਜਾ ਕੇ ਸ਼ਹੀਦ ਬਣ ਜਾਣਾ ਹੋਵੇ ਜਾਂ ਸੰਤ ਬਣ ਜਾਣਾ। ਬੰਦੇ ਦੀ ਜਿਹੜੀ ਕਾਇਆ ਕਲਪ ਸ਼ੁਰੂ ਹੋਣੀ ਹੈ ਚੰਗੇ ਪਾਸੇ ਨੂੰ ਚਾਹੇ ਮਾੜੇ ਪਾਸੇ ਨੂੰ, ਉਹਦੇ ਸ਼ਬਦਾਂ ਤੋਂ ਪਤਾ ਲੱਗ ਜਾਂਦੀ ਹੈ। ਜਿਹਦਾ ਧੀ ਪੁੱਤ ਵਿਗੜੂਆ ਜਾਂ ਸੁਧਰੂਆ ਉਹਦੇ ਸ਼ਬਦ ਦੱਸ ਦੇਣਗੇ। ਅਤੇ ਅਸੀਂ ਵੀ ਜਿਹੜਾ ਆਪਣਾ ਕੋਈ ਧੀਆਂ ਪੁੱਤਾਂ ਦਾ ਵਿਗਾੜ ਜਾਂ ਸੁਧਾਰ ਜਿਵੇਂ ਦਾ ਕਰਨਾ ਚਾਹੁੰਦੇ ਤੁਹਾਡੀ ਖੁਸ਼ੀ ਹੈ, ਉਹਨੂੰ ਜਿਹੜੇ ਸ਼ਬਦ ਅੱਜ ਦੇ ਰਹੇ ਹੋ ਇਹ ਬੀਜ ਰਹੇ ਹਾਂ ਅਸੀਂ। ਇਹ ਹੈ ਬੀਜ ਐਸਾ ਇੱਕੋ ਵਾਰੀ ਬੀਜਿਆ ਜਾਂਦਾ, ਇਹ ਗੁਬਾਰਾ ਵਾਹ ਕੇ ਨਰਮਾ ਦੁਬਾਰੇ ਬੀਜਿਆ ਨਹੀਂ ਜਾਂਦਾ। ਇੱਥੇ ਬੱਚੇ ਦੇ ਮਨ 'ਤੇ 2 ਸਾਲ ਦੀ ਉਮਰ 'ਤੇ ਕਿਹੜੇ ਸ਼ਬਦ ਪੈਂਦੇ ਨੇ ਉਹ 100 ਦੇ 100 ਪੈਸੇ ਉਹਦੇ ਹੁੰਦੇ ਨੇ, 5 ਤੱਕ ਪੈਂਦੇ ਨੇ 70-80 ਪੈਸੇ ਹੁੰਦੇ ਨੇ, 12-13 ਸਾਲ ਦੀ ਉਮਰ ਤੱਕ ਜਿੰਨੇ ਸ਼ਬਦ ਬੱਚੇ ਦੇ ਅੰਦਰ ਚੱਲ ਗਏ ਉਹ ਬਸ ਓਨਾ ਹੀ ਅਮੀਰ ਹੈ। ਜਿੰਨੀਆਂ ਗਾਲਾਂ ਚੱਲ ਗਈਆਂ, ਜਿੰਨੇ ਮਿਹਣੇ ਚੱਲ ਗਏ, ਜਿੰਨਾ ਦੁੱਖ ਭੁੱਖ ਚੱਲ ਗਿਆ, ਜਿੰਨੀਆਂ ਝਟਕਾਂ ਚੱਲ ਗਈਆਂ, ਉਹਦੀ ਉਹੀ ਜਾਇਦਾਦ ਹੈ। ਵੀ ਜੇ ਦੌੜੇ ਭੈਣ ਭਰਾ ਜਾਂ ਸਕੇ ਜਮ੍ਹਾਂ ਹੁੰਦੇ ਜਿਹੜੇ ਇੱਕੋ ਜਿਹੇ ਨਹੀਂ ਨਿਕਲਦੇ ਵੀ ਉਹਦੀ ਕਿਸਮਤ ਹੁੰਦੀ ਆ, ਉਹ ਵੱਖਰੀ ਗੱਲ, ਆਪਾਂ ਉੱਧਰ ਨਹੀਂ ਜਾਂਦੇ। ਪਰ ਅਸਲ ਗੱਲ ਇਹ ਹੁੰਦੀ ਹੈ ਕਿ ਉਹਨਾਂ ਨੂੰ
ਕਿਹੜੇ ਸ਼ਬਦ ਮਿਲਦੇ ਨੇ। ਕਈ ਵਾਰੀ ਇੱਕੋ ਸ਼ਬਦ ਸੁਣਿਆ ਹੁੰਦਾ, ਉਹ ਤੁਹਾਡੀ ਸਾਰੀ ਜ਼ਿੰਦਗੀ ਬਦਲ ਦਿੰਦਾ। ਜਿਨ੍ਹਾਂ ਦੀ ਜ਼ਿੰਦਗੀ 'ਚ ਵੀ ਬਦਲਾਅ ਆਉਂਦਾ, ਜਦੋਂ ਮਰਜ਼ੀ ਆਉਂਦਾ, ਤੁਸੀਂ ਵੇਖੋਗੇ, ਜਾਂ ਕਿਸੇ ਨੇ ਪਿਆਰ ਨਾਲ ਕੁਛ ਕਿਹਾ, ਜਾਂ ਕਿਸੇ ਨੇ ਗੁੱਸੇ ਨਾਲ ਕੁਛ ਕਿਹਾ, ਉਹ ਸਾਰਾ ਜਿਹੜਾ ਬਦਲਾਅ ਹੈ ਉਹ ਐਂ ਸ਼ਬਦਾਂ ਨਾਲ ਜੁੜਿਆ ਹੁੰਦਾ। ਅਤੇ ਅਸੀਂ ਜੋ ਕੁਛ ਕਰ ਸਕਦੇ ਹਾਂ ਬਿਨਾਂ ਕੋਈ ਵੱਡੀ ਮਿਹਨਤ ਦੇ, ਬਿਨਾਂ ਸਰਕਾਰ ਨੂੰ ਘਿਰਾਓ ਕਰਨ ਦੇ, ਸੜਕਾਂ 'ਤੇ ਧਰਨਾ ਦੇਣ ਦੇ, ਉਹ ਦੋ ਕੰਮ ਨੇ। ਇੱਕ ਕਿ ਜਿਹੜਾ ਅਸੀਂ ਆਪ ਸ਼ਬਦ ਦੂਜਿਆਂ ਦੇ ਕਹਿਣੇ ਨੇ ਦੂਜਿਆਂ ਵਾਸਤੇ, ਉਹ ਕਿਹੋ ਜਿਹੇ ਕਹਿੰਦੇ ਆ। ਦੂਜਾ ਆਪਣੇ ਧੀਆਂ ਪੁੱਤਾਂ ਨੂੰ, ਜਿਨ੍ਹਾਂ ਨਾਲ ਸਾਡਾ ਪਿਆਰ ਹੈ, ਸਾਡੀ ਅਗਲੀ ਪੀੜ੍ਹੀ ਹੈ, ਉਹਨਾਂ ਨੂੰ ਕਿੰਨੇ ਕੁ ਸ਼ਬਦ ਅਸੀਂ ਕਿਹੋ ਜਿਹੇ ਦੇ ਕੇ ਜਾਂਦੇ ਹਾਂ। ਕਿਉਂਕਿ ਅਸੀਂ ਪੰਜਾਬ 'ਚ ਰਹੇ ਹਾਂ ਤਾਂ ਇੱਕ ਹੀ ਬੇਨਤੀ ਇਹ ਹੈ ਕਿ ਆਪਣੇ ਬੱਚਿਆਂ ਨੂੰ ਜਿੰਨੀ ਪੰਜਾਬੀ ਸਾਨੂੰ ਆਪਦੇ ਦਾਦੇ ਪੜਦਾਦਿਆਂ ਨੂੰ ਮਿਲੀ, ਉਦੋਂ ਵੱਧ ਦੇ ਕੇ ਜਾਣੀ ਪਊਗੀ। ਉਹਨਾਂ ਨੂੰ ਘਰ ਜਾਇਦਾਦ ਜੋ ਮਰਜ਼ੀ ਬਣਾ ਕੇ ਦਿਓ, ਉਹ ਅਲੱਗ ਗੱਲ ਹੈ, ਪਰ ਜਿੰਨੇ ਸ਼ਬਦ ਸਾਨੂੰ ਮਿਲੇ ਸੀ, ਉਹ ਬੱਠਲ ਬਾਲਟੀਆਂ ਟੋਕਰਿਆਂ ਦੇ ਨਾਂ ਹੈ ਜਿਹੜੇ, ਉਹ ਆਮ ਗੱਲ ਨਹੀਂ ਹੈ। ਸਾਡਾ ਪਿਛਲਾ ਇਤਿਹਾਸ ਸਾਡੇ ਜਵਾਕਾਂ ਨੂੰ ਤਾਂ ਸਮਝ ਆਊ ਜੇ ਉਹਨਾਂ ਨੂੰ ਉਹ ਸਾਰੇ ਸ਼ਬਦ ਆਉਂਦੇ ਹੋਣਗੇ, ਵੀ ਕੁੱਤਾ ਨਲਕਾ ਕੀ ਸੀਗਾ, ਹੈ ਨਾ, ਵੀ ਠੋੜ ਕੀ ਸੀਗੀ ਹਲਦੀ। ਮੈਂ ਬੱਚਿਆਂ ਨੂੰ ਸਿਖਾ ਕੇ ਦੇਖਿਆ, ਬੱਚੇ ਸਾਡੇ ਨਾਲ ਵੱਧ ਖੁਸ਼ ਹੁੰਦੇ ਆ। ਮੈਂ ਉਹਨੂੰ ਕਿਹਾ ਵੀ ਇੱਥੇ ਇੱਕ ਸਕੂਟਰ ਸੀ ਮੁੰਡੇ ਕੋਲ, ਮੈਂ ਕਿਹਾ ਵੀ ਇਹਦੀ ਡਹੀ ਲਾ, ਤਾਂ ਉਹਨੂੰ ਦੂਜਿਆਂ ਨਾਲੋਂ ਵੱਧ ਖੁਸ਼ੀ ਹੁੰਦੀ ਇਹ ਦੇਖ ਕੇ ਕਿ ਮੈਂ ਜਾਣਦਾ ਵੀ ਇਹ ਡਹੀ ਹੈ, ਇਹਨੂੰ ਪਤਾ ਹੀ ਨਹੀਂ ਇਹ ਸਟੈਂਡ ਕੇ ਜਾਂਦਾ। ਇੱਕ ਇੱਕ ਜਿਹੜਾ ਸ਼ਬਦ, ਇੱਕ ਇੱਕ ਸ਼ਬਦ, ਉਹ ਸਾਨੂੰ ਲੱਗਦਾ ਕੀ ਫਰਕ ਪੈਂਦਾ, ਪਰ ਉਹਦਾ ਫਰਕ ਇੰਨਾ ਪੈਂਦਾ ਕਿ ਕਿਸੇ ਬੰਦੇ ਦੀ ਜ਼ਿੰਦਗੀ ਪੂਰੀ ਬਦਲ ਜਾਂਦੀ ਇੱਕ ਸ਼ਬਦ ਨਾਲ। ਇਸ ਕਰਕੇ ਕਿ ਜਿੰਨੇ ਸਾਨੂੰ ਦਾਦਿਆਂ ਪੜਦਾਦਿਆਂ ਸ਼ਬਦ ਵੇਲੇ ਪੁਰਾਣੇ ਯਾਦ ਆਉਂਦੇ ਵੀ ਇੱਕ ਆਹ ਹੁੰਦਾ ਸੀ, ਇੱਕ ਆਹ ਹੁੰਦਾ ਸੀ, ਆਪਣੇ ਬੱਚੇ ਨੂੰ ਸਿਖਾਉਣੇ ਨੇ, ਇਹ ਬਹੁਤ ਜ਼ਰੂਰੀ ਕੰਮ ਹੈ। ਦੂਜਾ, ਜਿਹੜਾ ਸਾਨੂੰ ਬਾਣੀ ਪੜ੍ਹਦਾ ਕੋਈ ਬੰਦਾ, ਉਹ ਜਿੰਨੇ ਕੁ ਸ਼ਬਦ ਉਹ ਜਾਣਦਾ, ਉਹ ਬੱਚੇ ਦੇ ਕੰਨ 'ਚ ਜ਼ਰੂਰ ਪਾਉਣੇ ਨੇ। ਇਹ ਜਿਹੜਾ ਕੰਮ ਹੈ, ਇਹ ਉਹਨੂੰ ਰੁਪਈਏ ਦੇਣ ਨਾਲੋਂ ਬਹੁਤ ਜ਼ਿਆਦਾ ਵੱਡਾ ਹੈ। ਦੁਨੀਆ ਦੇ ਵਿੱਚ ਸਰਕਾਰਾਂ ਨੇ ਸਾਰੇ ਲੋਕਾਂ ਨੂੰ ਪੜ੍ਹਨਾ ਇਸ ਕਰਕੇ ਜ਼ਰੂਰੀ ਕੀਤਾ ਕਿ ਸਰਕਾਰਾਂ ਆਪਦੀ ਮਰਜ਼ੀ ਨਾਲ ਬੰਦਿਆਂ ਨੂੰ ਘੜ ਸਕਣ। ਅੱਜ ਇਹ ਮੁੰਡਾ ਮੈਨੂੰ ਕਹਿੰਦਾ ਸੀ ਵੀ ਹੁਣ ਉਹ ਇੱਕ ਨਵਾਂ ਵਿਗਿਆਨੀ ਆਇਆ, ਉਹ ਕਹਿੰਦਾ ਵੀ ਅਸੀਂ ਇੱਕ ਇਹੋ ਜਿਹਾ ਸੰਦ ਬਣਾਵਾਂਗੇ, ਬੰਦੇ ਦੇ ਇੱਥੇ ਲਾ ਜਾਂਗੇ, ਵੀ ਸਭ ਦੀਆਂ ਖੋਪੜੀਆਂ 'ਚ ਆਪਦੀ ਗੱਲ ਪਾਵਾਂਗੇ, ਆਪਦੇ ਸ਼ਬਦ ਪਾਵਾਂਗੇ। ਕਿਉਂ ਪਾਉਣਗੇ? ਕਿਉਂਕਿ ਬੰਦੇ ਅੰਦਰ ਜਿਹੋ ਜਿਹੇ ਸ਼ਬਦ ਪਏ, ਬੰਦਾ ਉਹੋ ਜਿਹਾ ਹੀ ਬਣਦਾ। ਕੋਈ ਰੋਜ਼ ਗਾਲਾਂ ਕੱਢ ਕੇ, ਰੋਜ਼ ਗਾਲਾਂ ਖਾ ਕੇ ਹਰੀ ਸਿੰਘ ਨਲੂਆ ਨਹੀਂ ਬਣਦਾ। ਜੋ ਬੱਚੇ ਨੂੰ ਖੁਰਾਕ ਸ਼ਬਦਾਂ 'ਚ ਮਿਲੀ, ਉਹ ਰੋਟੀ ਪਾਣੀ ਨਾਲੋਂ ਹਜ਼ਾਰਾਂ ਗੁਣਾ ਵੱਧ ਅਸਰ ਪਾਉਂਦੀ ਹੈ, ਇੰਨਾ ਪਾਉਂਦੀ ਹੈ ਕਿ ਉਹਦੀਆਂ ਅਗਲੀਆਂ ਪੀੜ੍ਹੀਆਂ 'ਤੇ ਅਸਰ ਪੈਂਦਾ। ਅਤੇ ਅਸੀਂ ਆਪਦੀ ਜ਼ਿੰਦਗੀ 'ਚ ਕਿੰਨਾ ਸੁਧਾਰ ਕਰ ਸਕਦੇ ਹਾਂ, ਉਹ ਤੁਸੀਂ ਦੇਖ ਸਕਦੇ ਹੋ। ਆਪਦਾ ਕਾਗਜ਼ ਕਲਮ ਲਓ, ਲਿਖ ਕੇ ਦੇਖੋ ਕਿ ਅਸੀਂ ਕਿਸੇ ਨੂੰ ਕੀ ਬੁਰਾ ਕਹਿੰਦੇ ਹਾਂ, ਸਾਨੂੰ ਕਿਸੇ ਨੇ ਕੀ ਬੁਰਾ ਕਿਹਾ। ਤੁਹਾਨੂੰ ਥੋੜ੍ਹੇ ਦਿਨਾਂ 'ਚ ਪਤਾ ਲੱਗ ਜਾਣਾ ਕਿ ਮਨ ਦੀ ਜਿਹੜੀ ਬੇਚੈਨੀ ਹੈ ਉਹ ਇੱਦਾਂ ਘੱਟ ਜਾਣੀ ਹੈ ਜਾਂ ਇੱਦਾਂ ਉੱਡ ਜਾਣੀ ਹੈ ਜਾਦੂ ਵਾਂਗ, ਸਿਰਫ ਸ਼ਬਦਾਂ ਨਾਲ। ਅਤੇ ਇਹ ਸਾਡਾ ਜਿਹੜਾ ਕੰਮ ਹੈ, ਜੇ ਬੰਦਾ ਇੱਕ ਬੰਦਾ ਸ਼ੁਰੂ ਕਰ ਲਏ, ਥੋੜ੍ਹੇ ਲੋਕ ਸ਼ੁਰੂ ਕਰ ਲੈਣ, ਤਾਂ ਸਾਨੂੰ ਆਲੇ ਦੁਆਲੇ ਜਿੰਨੀ ਮੁਸ਼ਕਲ ਦੀਂਦੀ ਹੈ ਉਹਦੇ ਮਾਨੇ ਬਦਲ ਜਾਣਗੇ। ਹੁਣ ਲੱਗਦਾ ਵੀ ਗੰਦ ਪਿਆ ਪਿਆ, ਚਲੋ ਛੱਡ ਕੇ ਪੰਜਾਬ ਬਾਹਰ ਨੂੰ ਚੱਲੋ, ਇਹ ਵੀ ਸ਼ਬਦਾਂ ਦੀ ਖੇਡ ਹੈ। ਮੈਂ ਸਭ ਨੂੰ ਕਹਿਣਾ ਵੀ ਜਿਹੜਿਆਂ ਨੂੰ ਲੱਗਦਾ ਕੈਨੇਡਾ ਅਮਰੀਕਾ ਸੁਰਗ ਹੈ ਨਾ, ਉਹ ਭਰਾਵੋ ਮਾੜਾ ਜਿਹਾ ਜਾ ਕੇ ਦੇਖੋ ਸਹੀ ਵੀ ਘੰਟੇ 'ਚ ਕਿੰਨੇ ਬੰਦੇ ਮਰਦੇ ਕੈਨੇਡਾ 'ਚ ਕੈਂਸਰ ਨਾਲ। ਮੈਂ ਆਪਦੇ ਕੋਲੋਂ ਨਹੀਂ ਕਹਿੰਦਾ, ਲਿਖਿਆ ਹੋਇਆ ਨਾ ਆਪਦੇ, ਉੱਥੇ ਸਰਕਾਰ ਕਹਿੰਦੀ ਹੈ। ਇਹ ਸ਼ਬਦਾਂ ਦੀ ਖੇਡ ਹੈ ਕਿ ਸਾਡੇ ਮਨ ਨੂੰ ਲੱਗਦਾ ਕਿ ਸਾਡੀ ਜਿਹੜੀ ਧਰਤੀ ਹੈ ਗੁਰੂਆਂ ਪੀੜ੍ਹੀਆਂ ਦੀ, ਉਹ ਤਾਂ ਖਰਾਬ ਹੋ ਗਈ, ਬਹੁਤ ਮਾਹੌਲ ਖਰਾਬ ਹੈ, ਜੋ ਹੈ ਆਪਾਂ ਮੁੱਕਰਦੇ ਨਹੀਂ ਉਦੋਂ। ਨਸ਼ਾ ਹੈ, ਲੜਾਈ ਹੈ, ਬੇਰੁਜ਼ਗਾਰੀ ਹੈ, ਚੋਰੀ ਹੈ, ਸਭ ਹੈ, ਪਰ ਉਹਨੂੰ ਵੇਖਣਾ ਕਿੱਦਾਂ ਹੈ, ਉਹਨੂੰ ਸਮਝਣਾ ਕਿੱਦਾਂ ਹੈ। ਚੋਰ ਮੰਗਲ ਗ੍ਰਹਿ ਤੋਂ ਥੋੜ੍ਹੀ ਆ ਗਏ ਨੇ, ਜਿਹੜਾ ਕੋਈ ਮਾਰ ਕਾਟ ਕਰਦਾ ਇੱਥੋਂ ਹੀ ਹੈ, ਨਾਲ ਦੇ ਪਿੰਡ ਦਾ ਹੋਊ ਉਦੋਂ ਨਾਲ ਦੀ ਉਦੋਂ ਅਗਲੇ ਪਿੰਡ ਦਾ ਹੋਊਗਾ। ਉਹ ਜਿਹੜਾ ਦਫ਼ਤਰ ਦੇ ਵਿੱਚ ਬਹਿ ਕੇ ਰਿਸ਼ਵਤ ਲੈਂਦਾ, ਕਿੱਥੋਂ ਆਇਆ ਉਹ ਇੱਥੋਂ ਦਾ ਹੀ ਹੈ। ਮਸਲਾ ਉਹਦੇ ਅੰਦਰ ਵੱਸ ਗਈ ਗੱਲ ਦਾ ਹੈ,
ਉਹਨੂੰ ਲੱਗਦਾ ਕਿ ਦੂਜਿਆਂ ਨੂੰ ਖਾ ਜਾਵਾਂ, ਖੂਨ ਪੀ ਲਵਾਂ। ਇਹ ਖਿਆਲ ਕਿੱਥੋਂ ਆਉਂਦਾ? ਮਨ ਦੀ ਭਟਕਣ 'ਚੋਂ ਆਉਂਦਾ। ਉਸ ਬੰਦੇ ਨੇ ਛੋਟੇ ਹੁੰਦਿਆਂ ਚੰਗੇ ਸ਼ਬਦ ਸੁਣੇ ਹੁੰਦੇ, ਇਹ ਨਹੀਂ ਹੋ ਸਕਦਾ ਕਿ ਦੂਜੇ ਨਾਲ ਧੱਕਾ ਕਰ ਜਾਏ। ਦੂਜੇ ਨਾਲ ਛੱਡੋ, ਦੂਜੇ ਨਾਲ ਹੁੰਦਾ ਵੇਖ ਕੇ ਜਰ ਜਾਏ, ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਜੋ ਅਸੀਂ ਵਾਪਰਦੇ ਹਾਂ ਵੀ ਸਰਕਾਰ ਆਊਗੀ ਬੰਦਿਆਂ ਨੂੰ ਸਿੱਧਾ ਕਰ ਦੂਗੀ, ਮੈਂ ਸਭ ਨੂੰ ਕਹਿਣਾ ਵੀ ਭਰਾਵਾ ਜਿਹੜਾ ਬੰਦਾ ਚੌਂਕ 'ਚ ਖੜ ਕੇ ਰਿਸ਼ਵਤ ਲੈਂਦਾ ਹੈ ਉਹ ਤਾਂ ਉਹੀ ਰਹਿਣਾ ਨਾ ਜੀ। ਸਰਕਾਰ ਬਦਲਣਾ ਕੀ ਬੰਦਾ ਬਦਲ ਜੂਗਾ, ਬੰਦਾ ਉਹਦੇ ਸ਼ਬਦ ਬਦਲਿਆ ਬਦਲੂਗਾ, ਉਹਦਾ ਵਿਚਾਰ ਬਦਲੂ ਜੇ ਸ਼ਬਦ ਬਦਲਣਗੇ ਉਹਦੇ। ਜਦੋਂ ਬੰਦੇ ਦੇ ਸ਼ਬਦ ਬਦਲੇ ਉਹਦੀ ਰੋਟੀ ਵੀ ਬਦਲ ਜੂ ਖਾਣ ਦੀ। ਹੁਣ ਜੋ ਸਾਡੇ ਬੱਚੇ ਖਾਂਦੇ ਨੇ, ਜੋ ਮੰਨ ਕੇ ਖਾਂਦੇ ਨੇ, ਸਭ ਤੋਂ ਜ਼ਰੂਰੀ ਹੈ ਕਿ ਸਾਡੀ ਜਿਹੜੀ ਦੇਹ ਹੈ ਇਹਨੂੰ ਕੀ ਮੰਨ ਕੇ ਰੱਖਦੇ ਹਾਂ ਅਸੀਂ। ਬੰਦੇ ਇਹਨੂੰ ਹੰਢਾਉਣਾ ਚਾਹੁੰਦੇ ਨੇ। ਜਿੰਨੀਆਂ ਫਿਲਮਾਂ ਨੇ, ਜਿੰਨੇ ਗੀਤ ਨੇ, ਉਹ ਸਾਰੇ ਦੇਖੋ ਕੀ ਨੇ, ਅਰਬਾਂ ਖਰਬਾਂ ਰੁਪਈਏ ਦਾ ਕਾਰੋਬਾਰ ਰੋਜ਼ ਦਾ, ਇਕੱਲੇ ਇਕੱਲੇ ਗੀਤਾਂ ਦਾ ਨਿਕਲਦਾ ਉਹ 'ਚ ਕੀ ਹੈ? ਇੰਨਾ ਖਰਚਾ ਕਿਉਂ ਕਰਦਾ ਕੋਈ? ਕਾਹਦੇ ਵਾਸਤੇ ਕਰਦੇ ਆ? ਸਾਡੇ ਦਿਮਾਗ ਦੇ ਵਿੱਚ ਰੋਜ਼ ਕੁਝ ਬੀਜਣ ਵਾਸਤੇ, ਉਹਨੂੰ ਫਿਰ ਵੱਢਿਆ ਜਾਵੇ। ਮਸਲਾ ਇੱਕ, ਮੈਂ ਆਖਰੀ ਗੱਲ ਕਰਨੀ ਹੈ ਆਪਦੀ, ਸਮਾਂ ਬਹੁਤ ਹੋ ਗਿਆ, ਕਿ ਸਾਨੂੰ ਇੱਦਾਂ ਲੱਗਦਾ ਹੁੰਦਾ ਕਿ ਮੈਂ ਮਨੋਰੰਜਨ ਕਰ ਰਿਹਾ ਅਤੇ ਮੁਫ਼ਤ 'ਚ ਕਰ ਰਿਹਾ। ਜਿਹੜੇ ਬੰਦੇ ਵੀ ਮੋਬਾਈਲ ਵੇਖਦੇ ਨੇ ਇੱਦਾਂ ਹੀ ਵੀਰੇ। ਹੁਣ ਅਗਲਾ, ਪਹਿਲਾਂ ਅਸੀਂ ਆਪਦੇ ਪੱਲਿਓਂ ਪੈਸੇ ਲਾ ਕੇ ਉਹ ਸੰਦ ਖਰੀਦਦੇ ਹਾਂ, ਉਹ ਜੇ ਬਿਜਲੀ ਭਰੀ ਜਾਂਦੀ ਹੈ ਉਹ ਵੀ ਸਾਡੇ ਪੈਸਿਆਂ ਦੀ, ਉਹਦੇ ਜੋ ਟੁੱਕ ਜਾ ਪਾਇਆ ਜਿਹਦੇ ਨਾਲ ਉਹਦੇ 'ਚ ਕੁਝ ਆਉਂਦਾ ਜਾਂਦਾ ਬਿਜਲੀ ਦਾ, ਉਹਦੇ ਪੈਸੇ ਲੱਗਦੇ। ਅਸੀਂ ਜਦੋਂ ਉਹਨੂੰ ਬੈਠ ਕੇ ਵਿਹਦੇ ਹਾਂ ਅਸੀਂ ਆਪਦਾ ਸਮਾਂ ਲਾ ਰਹੇ ਹਾਂ, ਅਤੇ ਜਿਹੜੀ ਉਹ ਸਾਹਮਣੇ ਚੀਜ਼ ਆ ਰਹੀ ਹੈ ਜਿਨ੍ਹਾਂ ਦੀ ਹੈ ਉਹਨਾਂ ਨੂੰ ਇੱਕ ਸੈਕਿੰਡ ਦੇ ਪੈਸੇ ਮਿਲਦੇ ਨੇ। ਤੁਹਾਡੀ ਉਂਗਲ ਲੱਗੀ ਉੱਧਰ, ਉਹਨਾਂ ਨੂੰ ਪੈਸੇ ਬਣੇ। ਤਾਂ ਹੁਣ ਅਸੀਂ ਇੱਕ ਐਸੇ ਬੰਦੇ ਹਾਂ ਜਿਹੜੇ ਆਪਦਾ ਪੈਸਾ ਲਾਇਆ, ਆਪਦਾ ਸਮਾਂ ਲਾਇਆ, ਕਿਸੇ ਦਾ ਫਾਇਦਾ ਕੀਤਾ। ਉਦੋਂ ਬੁਰੀ ਗੱਲ ਕਿ ਜਿਹੜੀ ਚੀਜ਼ ਸਾਨੂੰ ਵੇਖਣੀ ਨਹੀਂ ਚਾਹੀਦੀ, ਜਿਹੜੀ ਸਾਨੂੰ ਸੁਣਨੀ ਨਹੀਂ ਚਾਹੀਦੀ, ਜਿਹਦੀ ਸਾਨੂੰ ਲੋੜ ਨਹੀਂ ਹੈ, ਉਹ ਵੇਖ ਕੇ ਆਪਦੇ ਦਿਮਾਗ 'ਚ ਕੂੜਾ ਪਾਇਆ, ਅਤੇ ਹਾਲੇ ਅਸੀਂ ਖੁਸ਼ ਹੁੰਦੇ ਹਾਂ। ਇਦੋਂ ਬੁਰੀ ਦੁਨੀਆ 'ਚ ਮੈਨੂੰ ਲੱਗਦਾ ਹੋਰ ਕੋਈ ਬਿਮਾਰੀ ਨਹੀਂ ਹੈ। ਜਦੋਂ ਤੁਸੀਂ ਆਪਦੀ ਇੱਜ਼ਤ, ਆਪਦੀ ਅਣਖ ਨੂੰ ਐਂ ਲਾ ਦਿੰਦੇ ਹੋ ਖੁਸ਼ ਹੋਣ ਦੇ ਨਾਂ 'ਤੇ, ਦੂਜੇ ਦੇ ਹੱਥ ਦੇ ਦਿੰਦੇ ਹੋ। ਦੁਨੀਆ 'ਚ ਹੁਣ ਰਿਪੋਰਟਾਂ ਆ ਗਈਆਂ ਨੇ ਕਿ 2016 ਦੇ ਵਿੱਚ ਇੱਕ ਕੰਪਨੀ ਨੇ ਠੇਕਾ ਲਿਆ ਟਰੰਪ ਨੂੰ ਜਿਤਾਉਣ ਦਾ, ਕਿੱਦਾਂ? ਲੋਕਾਂ ਦੇ ਫੋਨਾਂ ਰਾਹੀਂ, ਉਹਨਾਂ ਦੀ ਖੋਪੜੀ 'ਚ ਵੜ ਕੇ। ਪੰਜਾਬ 'ਚ ਚੋਣਾਂ ਹੋਈਆਂ 2017 ਦੇ ਵਿੱਚ, ਉਹ ਵੀ ਉਹਨਾਂ ਨੇ ਠੇਕਾ ਲਿਆ ਸੀ ਕਿ ਕਿਹਨੂੰ ਜਿਤਾਉਣਾ। ਸਾਨੂੰ ਲੱਗਦਾ ਅਸੀਂ ਵੋਟ ਪਾਈ ਹੈ, ਨਹੀਂ, ਉਹ ਜਿਨ੍ਹਾਂ ਨੇ ਉਹਦੇ 'ਚ ਉਹ ਆਪਣੀਆਂ ਜੁਗਤਾਂ ਪਾਈਆਂ ਨੇ, ਐਪਾਂ ਪਾਈਆਂ ਨੇ, ਉਹਨਾਂ ਨੇ ਪਵਾਈ ਆ। ਕਿੱਦਾਂ ਪਵਾਈ ਹੈ? ਸਾਡੇ ਮਨੋਰੰਜਨ ਰਾਹੀਂ। ਤੁਸੀਂ ਦੋ ਬੰਦੇ ਬੈਠ ਕੇ ਬਰਾਬਰ ਖੋਲੋ, ਤੁਹਾਨੂੰ ਤਸਵੀਰਾਂ ਇੱਕੋ ਜਿਹੀਆਂ ਨਹੀਂ ਆਉਣਗੀਆਂ। ਉਹ ਜੇ ਸ਼ੀਸ਼ੇ ਦੇ ਵਿੱਚ ਗਾਹਾਂ ਲੱਗੀ ਆ ਜਿਹਨੂੰ ਕੈਮਰੇ ਕਹਿੰਦੇ ਆ, ਉਹਦੇ ਰਾਹੀਂ ਕੀ ਵਾਪਰਦਾ ਜਦੋਂ ਕਦੇ ਤੁਹਾਡੇ 'ਚ ਜਿਹੜਾ ਕੋਈ ਮੁੰਡਾ ਜਾਣਦਾ ਅੰਗਰੇਜ਼ੀ, ਉਹ ਦੱਸੂ ਤੁਹਾਨੂੰ ਦੇਖ ਕੇ, ਤੁਹਾਨੂੰ ਯਕੀਨ ਨਹੀਂ ਆਉਣਾ ਹੈਗਾ ਕਿ ਸਾਡੀਆਂ ਜਿਹੜੀਆਂ ਅੱਖਾਂ ਰਾਹੀਂ ਅਸੀਂ ਜਿਹੜਾ ਰੰਗ ਵੇਖਦੇ ਹਾਂ, ਉਹ ਰੰਗ ਆ ਜਿਹੜਾ ਉਹ ਸਾਡੀ ਅੱਖਾਂ ਰਾਹੀਂ ਸਾਡੇ ਮਨ ਨੂੰ ਕੀ ਕਰਦਾ, ਸਾਨੂੰ ਨਹੀਂ ਪਤਾ ਲੱਗਦਾ। ਜਿਹੜੀ ਆਵਾਜ਼ ਨਿਕਲਦੀ ਸਾਡੇ ਕੰਨਾਂ 'ਚ ਪੈਂਦੀ ਹੈ, ਸਾਡੇ ਕੰਨਾਂ ਰਾਹੀਂ ਸਾਡੇ ਮਨ ਨੂੰ ਕੀ ਕਰਦੀ, ਸਾਨੂੰ ਨਹੀਂ ਪਤਾ ਲੱਗਦਾ। ਤੁਸੀਂ ਕੱਲ੍ਹ ਨੂੰ ਕੀ ਕਰੋਗੇ ਉਹ ਦੱਸ ਸਕਦੇ ਨੇ। ਜਦੋਂ ਤੁਸੀਂ ਤਸਵੀਰ ਦੇਖੋਗੇ, ਤੁਸੀਂ ਉਹਦੇ ਠੁੰਗ ਮਾਰ ਕੇ ਗਾਹਾਂ ਲੰਘਾਓਗੇ ਕਿ ਉਹਨੂੰ ਲਾਈਕ ਕਰੋਗੇ, ਉਹਨਾਂ ਨੂੰ ਪਹਿਲਾਂ ਅੰਦਾਜ਼ਾ ਹੁੰਦਾ ਕਿ ਫਲਾਨਾ ਆ ਬੰਦਾ, ਇਹਨੂੰ ਆਹ ਚੀਜ਼ ਪਸੰਦ ਆਊ, ਹੁਣ ਇਹਨੂੰ ਆਹ ਭੇਜੋ। ਤੁਹਾਨੂੰ ਕੋਈ ਮੈਸੇਜ ਕਦੋਂ ਆਵੇ ਇਹ ਵੀ ਉਹ ਤੈਅ ਕਰਦੇ ਨੇ ਕਦੋਂ ਆਵੇ। ਸਾਨੂੰ ਲੱਗਦਾ ਹੁੰਦਾ ਮੈਂ ਆਪਦੀ ਮਰਜ਼ੀ ਨਾਲ ਵੇਖਦਾ, ਨਹੀਂ, ਜਿਹੜਾ ਬੰਦਾ 2 ਘੰਟੇ ਤੋਂ ਵੱਧ ਵੇਖਦਾ ਉਹਦੀ ਕੋਈ ਮਰਜ਼ੀ ਨਹੀਂ ਹੈਗੀ। ਉਹ ਮਤੇ ਸੋਚਿਓ ਕੋਈ ਭੈਣ ਭਰਾ ਜਿਹੜਾ ਇੱਥੇ ਬੈਠਾ, ਜਿਹੜਾ 24 ਘੰਟੇ 'ਚ 2 ਘੰਟੇ ਵੱਧ ਫੋਨ ਦੇਖਦਾ, ਉਹ ਇਹ ਨਾ ਸੋਚੋ ਕਿ ਤੁਹਾਡੀ ਕੋਈ ਮਰਜ਼ੀ ਹੈ, ਕੋਈ ਮਰਜ਼ੀ ਨਹੀਂ।
ਜਿਨ੍ਹਾਂ ਨੇ ਖਰਬਾਂ ਖਰਬਾਂ ਰੁਪਈਆ ਲਾਇਆ, ਉਹਨਾਂ ਕੋਲ ਐਡਾ ਹੁਨਰ ਹੈ ਕਿ 2 ਮਿੰਟਾਂ 'ਚ ਉਹ ਸਾਡੇ ਦਿਮਾਗ 'ਚ ਵੜ ਜਾਂਦੇ ਨੇ। ਸਾਡੀ ਉਂਗਲ ਜਿਹੜੀ ਚੱਲਦੀ ਰਹਿੰਦੀ ਹੈ ਉਹ ਅਸੀਂ ਨਹੀਂ ਚਲਾਉਂਦੇ, ਅਗਲਾ ਸਾਡੇ ਮਨ 'ਚ ਵੜ ਕੇ ਚਲਾਉਂਦਾ। ਸਾਨੂੰ ਛੱਡਣ ਲੱਗਿਆਂ ਤਕਲੀਫ ਹੁੰਦੀ ਹੈ, ਜਦੋਂ ਕਿ ਆਹ ਕਹਿੰਦਾ ਵੀ ਆਹ ਕੰਮ ਕਰ ਲੈ, ਜੀ ਕਰਦਾ ਵੀ ਵਾਜੇ ਤੁਹਾਡੇ ਕੋਲੋਂ। ਬੰਦੇ ਦਾ ਜਿਉਂਦੇ ਬੰਦੇ ਦਾ ਰਿਸ਼ਤਾ ਟੁੱਟ ਜਾਂਦਾ, ਇੱਕ ਸ਼ੀਸ਼ੇ 'ਤੇ ਰੰਗ ਨਹੀਂ, ਪਤਾ ਸਭ ਨੂੰ ਵੀ ਰੰਗ ਨਹੀਂ ਇਕੱਲੇ, ਉਹ ਕੁਛ ਨਹੀਂ ਉਹਦੇ 'ਚ, ਬੰਦਾ ਉਹਦੇ ਨਾਲ ਫੜ ਹੋ ਜਾਂਦਾ। ਉੱਥੇ ਜਿਹੜਾ ਜੁੜਨਾ ਹੈ, ਇੱਥੇ ਜਿਹੜਾ ਲੋਕਾਂ ਨੂੰ ਟੁੱਟਣਾ ਹੈ, ਇਹ ਅੱਜ ਸਾਡੇ ਹੱਥ 'ਚ ਆ ਸਕਦਾ। ਸਾਡਾ ਦਿਨ ਰਾਤ 24 ਘੰਟੇ ਹੈ, 8 ਪਹਿਰ, 8 ਪਹਿਰ 2 ਘੰਟੇ, 2 ਪਹਿਰ ਸੌਂ ਕੇ ਗਵਾ ਦਿੰਦੇ ਹਾਂ, ਪਿੱਛੇ ਰਹਿੰਦੇ 6 ਪਹਿਰ, ਉਹਦੇ 'ਚ ਜ਼ਿੰਦਗੀ ਦਾ ਕਾਰੋਬਾਰ ਕਰਨਾ ਹੁੰਦਾ। ਜੇ ਤੁਸੀਂ ਅੱਜ ਲਾਇਬ੍ਰੇਰੀ ਦੀਆਂ ਕਿਤਾਬਾਂ ਨੇ ਜਾਂ ਕੋਈ ਬਾਣੀ ਹੈ ਜਾਂ ਕੋਈ ਇਤਿਹਾਸ ਹੈ, ਤੁਸੀਂ ਘੱਟੋ ਘੱਟ 2-3 ਘੰਟੇ ਰੋਜ਼ ਨਹੀਂ ਪੜ੍ਹਦੇ, ਤੁਹਾਨੂੰ ਇਹ ਸ਼ੀਸ਼ਾ ਠੱਗ ਲਏਗਾ, ਇਹ ਪੱਕਾ ਹੈ। ਤੁਸੀਂ ਮਿੱਥ ਕੇ ਆਪਣੇ ਭੈਣ ਭਰਾਵਾਂ ਨਾਲ, ਆਪਣੇ ਛੋਟੇ ਵੱਡਿਆਂ ਨਾਲ ਮਿੱਥ ਕੇ ਗੱਲ ਕਰਨੀ ਹੈ, ਜੇ ਰੋਜ਼ ਦੀ ਰੋਜ਼ ਅੱਧੀ ਪੌਣੀ ਘੜੀ, ਮਤਲਬ 20-25 ਮਿੰਟ ਗੱਲਾਂ ਨਹੀਂ ਕਰਦੇ, ਤੁਹਾਡੇ ਰਿਸ਼ਤੇ ਮੁੱਕ ਜਾਣਗੇ, ਰਿਸ਼ਤਾ ਊਂ ਬਣਿਆ ਰਹੂਗਾ, ਅੰਦਰੋਂ ਸੁੱਕ ਜਾਣਗੇ। ਹਰ ਬੂਟੇ ਨੂੰ ਪਾਣੀ ਪਾਉਣਾ ਪੈਂਦਾ ਨਾ, ਰੋਜ਼ ਨਹੀਂ ਤਾਂ 2 ਦਿਨਾਂ ਬਾਅਦ, 2 ਨਹੀਂ ਤਾਂ 5 ਦਿਨਾਂ ਬਾਅਦ। ਸ਼ਬਦਾਂ ਨੂੰ ਅੰਦਰ ਸਾਂਭਣਾ, ਰਿਸ਼ਤਿਆਂ ਨੂੰ ਸਾਂਭਣਾ, ਵਿਰਸੇ ਨੂੰ ਸਾਂਭਣਾ, ਇਹ ਸਾਰੇ ਕਾਸੇ ਦੇ ਵਿੱਚ ਸ਼ਬਦਾਂ ਸਭ ਤੋਂ ਵੱਡਾ ਹਿੱਸਾ ਹੈ। ਜੋ ਦੁਨੀਆ ਸਾਨੂੰ ਦੇਂਦੀ ਹੈ ਉਹ ਸਾਡੇ ਕੋਲ ਕੋਈ ਹੱਲ ਹੀ ਨਹੀਂ ਹੈਗਾ। ਅਖਬਾਰ ਨੂੰ ਕੋਈ ਹੋਰ ਛਾਪਦਾ, ਟੀਵੀ ਨੂੰ ਕੋਈ ਹੋਰ ਚਲਾਉਂਦਾ, ਫੋਨ 'ਤੇ ਜੋ ਕੁਛ ਆਉਂਦਾ ਉਹ ਕੋਈ ਹੋਰ ਚਲਾਉਂਦਾ, ਅਸੀਂ ਨਹੀਂ ਚਲਾਉਂਦੇ ਹੈਗੇ। ਸਾਡੇ ਕੋਲ ਸਾਰੀ ਦੁਨੀਆ ਜਿਹੜੀ ਜੋ ਕੋਈ ਜਾਣਕਾਰੀ ਹੈ ਉਹ ਸਾਰੀ ਕੋਈ ਹੋਰ ਦੇ ਰਿਹਾ, ਸਾਡੇ ਹੱਥ ਬਸ ਨਹੀਂ ਹੈ ਕੁਛ ਵੀ। ਇਹਦਾ ਹੱਲ ਸਾਡੇ ਕੋਲ ਇਹੀ ਹੈ ਕਿ ਅਸੀਂ ਆਪਦੇ ਭੈਣਾਂ ਭਰਾਵਾਂ ਨਾਲ, ਆਪਦੇ ਸ਼ਬਦਾਂ ਨਾਲ ਕਿੰਨੀ ਗੱਲ ਕਰ ਸਕਦੇ ਹਾਂ। ਸਾਡਾ ਪਹਿਲਾ ਹੀਲਾ ਇਹ ਹੈ ਬਚਣ ਦਾ। ਅਤੇ ਅੱਜ ਲੱਗਦਾ ਕਿ ਅਸੀਂ ਕੁਛ ਨਹੀਂ ਕਰ ਸਕਦੇ, ਜੇ ਸ਼ਬਦ ਬਦਲਣਗੇ ਤਾਂ ਸਾਨੂੰ ਪਤਾ ਲੱਗਦਾ ਕਿ ਬਹੁਤ ਕੁਛ ਕਰ ਸਕਦੇ ਹਾਂ। ਕਿਸਾਨ ਮੋਰਚੇ ਵੇਲੇ ਜੇ ਸਰਕਾਰ ਉੱਥੇ ਨੈੱਟ ਚੱਲਣ ਦੇ ਦਿੰਦੀ, ਸ਼ਾਇਦ ਕਿਸਾਨ ਮੋਰਚਾ ਸਫਲ ਨਾ ਹੁੰਦਾ। ਸਰਕਾਰ ਨੇ ਆਪਣੇ ਚਲੋ ਚਾਲ ਖੇਡੀ, ਰੱਬ ਦੀ ਮਰਜ਼ੀ ਹੈ ਕੋਈ, ਇਹ ਉਹਨਾਂ ਨੇ ਨੈੱਟ ਬੰਦ ਕਰਤਾ। ਕਈ ਹਜ਼ਾਰ ਬੰਦਾ ਆਪੋ 'ਚ ਮਿਲਿਆ, ਲੱਗਿਆ ਕਿ ਬੰਦਿਆਂ ਨੂੰ ਬੰਦਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਇੱਕ ਦੂਜੇ ਨਾਲ ਇੰਨਾ ਰੁੱਝ ਗਏ, ਉਹਨਾਂ ਨੂੰ ਨੈੱਟ ਦੀ ਲੋੜ ਮਹਿਸੂਸ ਨਹੀਂ ਹੋਈ, ਅਤੇ ਉਹਨੇ ਦਿਨਾਂ 'ਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇੱਦਾਂ ਵਧੀਆ ਜਿਉਂ ਸਕਦੇ ਹਾਂ। ਇਸ ਗੱਲ ਨੇ ਸਭ ਤੋਂ ਵੱਡਾ ਅਸਰ ਪਾਇਆ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਵੀ ਸਾਡੇ 2 ਜ਼ਿਲ੍ਹਿਆਂ ਦੇ ਬੰਦੇ ਕਹਿ ਦੇਣ ਕਿ ਅਸੀਂ ਜੀ ਨੈੱਟ ਨਹੀਂ ਵਰਤਾਂਗੇ, ਮੈਂ ਤੁਹਾਨੂੰ ਕਹਿਣਾ ਕਿ ਤੁਹਾਡੇ ਘਰ ਆ ਜਾਣੀ ਕੰਪਨੀ ਵਾਲੇ 3ਜੇ ਦਿਨ। ਉਹਨਾਂ ਨੂੰ ਇੰਨੀ ਜ਼ਿਆਦਾ ਲੋੜ ਹੈ ਕਿ ਅਸੀਂ ਇਹ ਕਰੀਏ। ਹੁਣ ਅਸੀਂ ਪੈਸਿਆਂ ਦਾ ਪੈਕ ਪਵਾਉਂਦੇ ਹਾਂ ਨਾ, ਵੀ ਜੇ ਮੱਥ ਲਓ, ਮੱਥ ਲੈਣ ਬੰਦੇ 2 ਜ਼ਿਲ੍ਹਿਆਂ ਦੇ ਵੀ ਅਸੀਂ ਆਹ ਨਹੀਂ, ਅਸੀਂ ਕੋਈ ਨਹੀਂ ਵਰਤਦੇ ਕਿਸੇ ਦਾ ਵੀ, ਸਾਡੇ ਕੋਲ ਆਉਣਗੇ ਮੁਫ਼ਤ ਦੇਣਗੇ, ਹੋ ਸਕਦਾ ਪੈਸੇ ਵੀ ਦੇਣ ਵੀ ਵੀਰੇ ਪੈਸੇ ਲਓ, ਪਰ ਵੇਖੋ ਜ਼ਰੂਰ, ਕਿਉਂਕਿ ਦੁਨੀਆ ਸਭ ਤੋਂ ਵੱਡਾ ਕਾਰੋਬਾਰ ਹੀ ਇਹਨਾਂ ਦਾ ਹੋ ਗਿਆ, ਸਭ ਤੋਂ ਵੱਡਾ ਕੰਮ ਇਹਦੇ ਰਾਹੀਂ ਹੈ। ਸਾਡੇ ਦਿਮਾਗ 'ਚ ਦੁਨੀਆ ਬਾਰੇ ਜਿਹੜਾ ਖਿਆਲ ਹੈ ਉਹ ਸਾਰਾ ਇਹਦੇ ਰਾਹੀਂ ਪੈਦਾ ਹੋ ਰਿਹਾ। ਅਸੀਂ ਆਪਦਾ ਖਿਆਲ ਤਾਂ ਬਣਾ ਸਕਦੇ ਹਾਂ ਜੇ ਅਸੀਂ ਆਪਦੇ ਇਤਿਹਾਸ ਨੂੰ, ਆਪਦੇ ਵਿਰਸੇ ਨੂੰ ਪੜ੍ਹ ਸਕਦੇ ਹਾਂ ਹੋਰਾਂ ਦੀ ਮਦਦ ਤੋਂ ਬਿਨਾਂ ਆਪਣੇ ਆਪ 'ਤੇ। ਅਤੇ ਦੁਨੀਆ 'ਚ ਬਹੁਤ ਥਾਵਾਂ 'ਤੇ ਬਹੁਤ ਸਾਰੇ ਲੋਕ ਇਹ ਸੋਚ ਰਹੇ, ਜਿਵੇਂ ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਠੀਕ ਨਹੀਂ ਹੋ ਰਿਹਾ, ਪਰ ਹੱਲ ਉਹਨਾਂ ਬੰਦਿਆਂ ਕੋਲ ਆਊਗਾ ਜਿਹੜੇ ਆਪਦੇ ਵਿਰਸੇ 'ਚ ਜੁੜ ਸਕਦੇ ਜਾ ਕੇ। ਅਤੇ ਇੰਨੀ ਕਿ ਮੇਰੀ ਜਿਹੜੀ ਬੇਨਤੀ ਹੈ, ਮੈਂ ਸਭ ਤੋਂ ਕਰਨੀ ਚਾਹੁੰਦਾ, ਜਿਹਨਾਂ ਨੂੰ ਇਹ ਠੀਕ ਲੱਗਦੀ ਹੈ, ਜਿੰਨੀ ਕੁ ਵੀ ਲੱਗਦੀ ਹੈ, ਆਪਾਂ ਉਹਦੀ ਗੱਲ ਹੋਰਾਂ ਥਾਵਾਂ 'ਤੇ ਕਰ ਸਕਦੇ ਹਾਂ, ਅੱਗੇ ਵੀ ਕਰ ਸਕਦੇ ਹਾਂ। ਪਰ ਮੈਂ ਆਪਣੀ ਸੰਖੇਪ 'ਚ ਬੇਨਤੀ ਇੰਨੀ ਕਰਦਾ ਕਿ ਇਹ ਕੰਮ ਹੈ ਜਿਹੜਾ, ਇਹ ਸਾਡੇ ਜੀਵਨ ਦਾ ਸਭ ਤੋਂ ਅਹਿਮ ਹਿੱਸਾ ਹੈ। ਸਫਲ ਅਸਫਲ ਵੀ ਸ਼ਬਦ ਨੇ, ਦੁੱਖ ਸੁੱਖ ਵੀ ਸ਼ਬਦ ਨੇ। ਜੋ ਹੈ ਬਾਣੀ ਜਿੱਥਾਂ ਲਿਖਿਆ ਕਿ ਸ਼ਬਦ ਉਪਤ ਪਰਲੋ ਹੋਵੇ, ਇਹ ਦੁਨੀਆ ਸ਼ਬਦ ਨਾਲ ਪੈਦਾ ਹੁੰਦੀ ਹੈ, ਇਹ ਦੁਨੀਆ ਸ਼ਬਦ ਨਾਲ ਮਿਟ ਜਾਂਦੀ ਹੈ। ਦੁਨੀਆ ਬਾਰੇ ਤਾਂ ਕਦੋਂ ਕੀ ਹੁੰਦਾ ਆਪਾਂ ਨਹੀਂ ਜਾਣਦੇ, ਪਰ ਬੰਦੇ ਬਾਰੇ ਇੱਦਾਂ ਹੀ ਹੈ ਕਿ ਬੰਦੇ ਦੀ ਪੈਦਾਵਾਰ ਸ਼ਬਦ ਦੁਆਰਾ ਹੀ ਹੁੰਦੀ ਹੈ, ਅਤੇ ਸ਼ਬਦ ਨਾਲ ਉਹਦਾ ਲੇਖਾ ਮਿਟਦਾ।
ਉਹਦੇ ਜੰਮਣ ਤੋਂ ਪਹਿਲਾਂ ਸ਼ਬਦਾਂ ਨਾਲ ਗੱਲ ਕਰਦੇ ਹਾਂ, ਮਰਨ ਤੋਂ ਬਾਅਦ ਵੀ ਸ਼ਬਦਾਂ ਨਾਲ ਹੀ ਗੱਲ ਕਰਦੇ ਹਾਂ। ਅਤੇ ਜਿੰਨੀ ਇਹ ਪਵਿੱਤਰ ਸ਼ਬਦ ਚੀਜ਼ ਹੈ ਉਨਾ ਹੀ ਕੋਈ ਬੰਦਾ ਵਧੀਆ ਹੋ ਸਕਦਾ। ਮੇਰੇ ਮੂੰਹੋਂ ਨਿਕਲਣ ਵਾਲੇ ਬੋਲਾਂ ਦੀ ਜਿੰਨੀ ਕੀਮਤ ਮੈਂ ਕਰਦਾ ਉਨੀ ਮੇਰੀ ਕੀਮਤ ਹੈ। ਜਿਹੜਾ ਸ਼ਬਦ ਸਾਡੇ ਮੂੰਹੋਂ ਨਿਕਲਦਾ ਹੈ ਅਸੀਂ ਉਹਨੂੰ ਕਿੰਨਾ ਚੰਗਾ ਜਾਣਦੇ ਹਾਂ, ਕਿੰਨਾ ਕੀਮਤੀ ਜਾਣਦੇ ਹਾਂ। ਇੱਕ ਜਿਹੜੀ ਪੁਰਾਣੀ ਗੱਲ ਸੀ ਵੀ ਆਹ ਮੇਰੇ ਮੂੰਹੋਂ ਗੱਲ ਨਿਕਲ ਗਈ, ਮਤਲਬ ਲੋਕਾਂ ਲਈ ਕਿਸੇ ਸਰਕਾਰ ਦੇ ਕਾਨੂੰਨ ਤੋਂ ਵੱਧ ਇੱਜ਼ਤ ਸੀ ਆਪਦੇ ਮੂੰਹੋਂ ਨਿਕਲੇ ਹੋਏ ਬੋਲ ਦੀ। ਜਿਹੜੀ ਮਹਾਂਭਾਰਤ ਦੀ ਕਹਾਣੀ ਹੈ ਵੀ ਉਹਨੇ ਦਰੋ ਕਹਿਤਾ ਉਹਨਾਂ ਦੀ ਮਾਂ ਨੇ ਪਾਂਡਵਾਂ ਦੀ ਨੇ ਕਿ ਮਿਲ ਕੇ ਵੰਡ ਲਓ ਜੀ, ਉਹ ਇਹੀ ਸੀਗੀ ਵੀ ਉਹਦੇ ਮੂੰਹੋਂ ਵਚਨ ਨਿਕਲ ਗਿਆ ਤਾਂ ਠੀਕ, ਇਹਦੀ ਇੰਨੀ ਇੱਜ਼ਤ ਕਰੋ ਕਿ ਜਾਨ ਲਾ ਦਿਓ ਦਿੱਤੇ। ਜਦੋਂ ਅਸੀਂ ਆਪਦੇ ਸ਼ਬਦਾਂ ਦੀ ਇੱਜ਼ਤ ਆਪ ਨਹੀਂ ਕਰ ਸਕਦੇ, ਸਾਡੀ ਦੁਨੀਆਂ 'ਚ ਇੱਜ਼ਤ ਕੋਈ ਨਹੀਂ ਕਰੂਗਾ ਜੀ। ਅਸੀਂ ਆਪਦੇ ਸ਼ਬਦਾਂ ਦੀ ਇੱਜ਼ਤ ਕਰਦੇ ਹਾਂ ਤਾਂ ਸਾਡੀ ਇੱਜ਼ਤ ਆਪਣੇ ਅੰਦਰ ਹੈ, ਇਹ ਦੂਜਿਆਂ ਅੰਦਰ ਵੀ ਬਣਨੀ ਹੈ। ਪੜ੍ਹਾਈਆਂ ਲਿਖਾਈਆਂ ਹੋਰ ਸਾਰਾ ਕੁਛ ਆਪਣੀ ਆਪਣੀ ਥਾਂ 'ਤੇ ਹੈ, ਰੰਗ ਗੋਰੇ ਕਾਲੇ ਵੱਡੇ ਮਤਲਬ ਸਭ ਆਪਣੀ ਥਾਂ 'ਤੇ ਹੈ। ਆਪਦੇ ਸ਼ਬਦਾਂ ਦਾ ਜਿਹੜਾ ਤੁਹਾਡਾ ਰਿਸ਼ਤਾ ਹੈ, ਜਿੰਨਾ ਇਹ ਤੁਹਾਡੇ ਨਾਲ ਗੂੜ੍ਹਾ ਹੈ ਉਨੇ ਤੁਹਾਡਾ ਦੁਨੀਆ 'ਚ ਪਿਆਰ ਗੂੜ੍ਹਾ ਹੈ, ਉਨੇ ਤੁਹਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ। ਭੁੱਲਾਂ ਚੁੱਕਾਂ ਲਿਖੇ ਮਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।